ਔਰ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫੇਰ ਪੰਜਾਬ ਦੀ ਸਿਆਸਤ ਨੂੰ ਮੁੱਦਿਆਂ ਵੱਲ ਨੂੰ ਲੈ ਕੇ ਆ ਰਹੇ ਨੇ ਦੇਖੋ ਪੰਜਾਬ ਦੀ ਸਿਆਸਤ ਮੁੱਦਿਆਂ ਤੋਂ ਭਟਕ ਜਾਂਦੀ ਹੁਣ ਨਵਜੋਤ ਸਿੰਘ ਸਿੱਧੂ ਕਿਉਂਕਿ ਪਾਰਟੀ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਤੇ ਜ਼ਿੰਮੇਵਾਰੀ ਕਾਂਗਰਸ ਦੀ ਸਰਕਾਰ ਲਿਆਉਣ ਦੀ ਵੀ ਹੈ ਤੇ ਕਾਂਗਰਸ ਦੀ ਸਰਕਾਰ ਦੁਬਾਰਾ ਤਾਂ ਹੀ ਬਣੂਗੀ ਅਗਰ 18 ਸੂਤਰੀ ਏਜੰਡੇ ਤੇ ਕੰਮ ਹੋਊਗਾ ਵਿਰੋਧੀਆਂ ਕੋਲੇ ਤਾਂ ਕੋਈ ਮੁੱਦਾ ਹੈ ਹੀ ਨਹੀਂ ਕਿਉਂਕਿ ਵਿਰੋਧੀ ਨੇ ਜਿਹੜੇ ਇਸ ਵਕਤ ਪੰਜਾਬ 'ਚ ਉਹ ਬਿਆਨ ਜ਼ਰੂਰ ਦੇ ਰਹੇ ਨੇ ਪਰ ਉਹ ਆਪ ਭਟਕੇ ਹੋਏ ਨੇ ਆਪ ਸੰਗਠਿਤ ਨਹੀਂ ਆਪ ਆਰਗੇਨਾਈਜ਼ਡ ਨਹੀਂ ਉਹਨਾਂ ਕੋਲੇ ਆਪਣੇਆ ਕੋਲੇ ਚਿਹਰੇ ਨਹੀਂ ਅਸਲ ਜਿ ਪੋਲੀਟੀਕਲ ਪਾਰਟੀਆਂ ਨੂੰ ਖਤਰਾ ਸਿੱਧੂ ਤੋਂ ਆਏ ਵੀ ਸਿੱਧੂ ਮੁੱਖ ਮੰਤਰੀ ਨਾ ਬਣ ਜੇ ਕਿਤੇ ਵੀ ਸਿੱਧੂ ਪੰਜਾਬ ਦਾ ਭਲਾ ਨਾ ਕਰ ਦੇ ਪੰਜਾਬ ਚ ਕਿਤੇ ਮਾਫੀਆ ਨਾ ਖਤਮ ਕਰ ਦੇ ਪੰਜਾਬ ਦੀ ਕਿਸਾਨੀ ਕਿਤੇ ਐਗਰੀਕਲਚਰ ਦੀ ਤਰੱਕੀ ਨਾ ਕਰਾ ਦੇ ਜੇ ਪਾਕਿਸਤਾਨ ਦੇ ਨਾਲ ਮੈਚ ਨਹੀਂ ਹੋਊਗਾ ਤੇ ਸਾਡਾ ਕੀ ਚੱਲਿਆ ਜਾਂਦਾ ਜੀ ਸਾਡੇ ਫੌਜੀ ਸ਼ਹੀਦ ਹੋ ਰਹੇ ਨੇ ਪਹਿਲਾ ਆ ਮਸਲੇ ਨਿਬੜਨ ਫਿਰ ਮੈਚ ਖੇਡ ਲੋ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਤੇ ਮੈਂ ਹਾਂ ਵਿਜੇ ਮੋਰਿਆ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਤਿੰਨ ਸਿਆਸੀ ਵੱਡੀਆਂ ਖਬਰਾਂ ਤੇ ਸਭ ਤੋਂ ਵੱਡੀ ਜਿਹੜੀ ਖਬਰ ਹੈ ਨਵਜੋਤ ਸਿੰਘ ਸਿੱਧੂ ਦੀ ਹੈ ਨਵਜੋਤ ਸਿੰਘ ਸਿੱਧੂ ਨੇ ਤਿੰਨ ਲਗਾਤਾਰ ਟਵੀਟ ਕੀਤੇ ਜੀ ਦੇ ਨਾਲ ਪੰਜਾਬ ਦੀ ਸਿਆਸਤ ਗਰਮ ਹੋ ਗਈ ਹੈ ਦੂਸਰੀ ਵੱਡੀ ਖਬਰ ਹੈ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਇਆ ਮੈਚ ਤੋਂ ਬਾਅਦ ਰਾਸ਼ਟਰਵਾਦ ਬਨਾਮ ਰਾਸ਼ਤਰੋਧੀ ਦੀ ਗੱਲ ਕਾਫੀ ਉੱਠਦੀ ਰਹਿੰਦੀ ਹੈ ਇਹਦੇ ਤੇ ਵੀ ਚਰਚਾ ਕਰਾਂਗੇ ਤੀਸਰੀ ਜਿਹੜੀ ਖਬਰ ਹੈ ਚੱਡਾ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਔਰ ਕਾਂਗਰਸ ਫ੍ਰੈਂਡਲੀ ਮੈਚ ਖੇល ਰਹੇ ਹੈ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਦਿੱਲੀ ਦਾ ਮਾਡਲ ਲੈ ਕੇ ਆਉਣਾ ਚਾਹੁੰਦੇ ਹੈ ਉਸ ਤੇ ਵਿਸ਼ੇ ਤੇ ਗੱਲ ਕਰਾਂਗੇ ਔਰ ਕਾਰਜਕ੍ਰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਡੱਲਾ ਸਾਹਿਬ ਦਾ ਸਵਾਗਤ ਹੈ ਡੱਲਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਮੋਰੇ ਸਭ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਨਵਜੋਤ ਸਿੰਘ ਸਿੱਧੂ ਨੇ ਤਿੰਨ ਲਗਾਤਾਰ ਟਵੀਟ ਕੀਤੇ ਹੈ ਜਿਦੇ ਚ ਉਹਨਾਂ ਨੇ ਅਰੂਸਾ ਆਲਮ ਔਰ ਪੰਜਾਬ ਦੇ ਉਹਨਾਂ ਦੇ ਸਟੈਂਡ ਦੇ ਬਾਰੇ ਉਹਨਾਂ ਨੇ ਆਪਣੇ ਟਵੀਟ ਕੀਤੇ ਨੇ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਮੋਰੇ ਸਭ ਜਿਹੜਾ ਤੁਹਾਡਾ ਸਵਾਲ ਹੈ ਇਹ ਬੜਾ ਇੰਪੋਰਟੈਂਟ ਹੈ ਕੱਲ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਤਿੰਨ ਟਵੀਟ ਕੀਤੇ ਨੇ ਦੇਖੋ ਸਾਨੂੰ ਤਕਨੀਕੀ ਤੌਰ ਤੇ ਸਮਝਣਾ ਪੈਣਾ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਟਵੀਟਾਂ ਦਾ ਸਪਸ਼ਟ ਮਤਲਬ ਹੈ ਕਿ ਅਸੀਂ ਪੰਜਾਬ ਦੇ ਅਸਲ ਮੁੱਦਿਆਂ ਦੀ ਪਹਿਰੇਦਾਰੀ ਕਰਨੀ ਹੈ ਔਰ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫੇਰ ਪੰਜਾਬ ਦੀ ਸਿਆਸਤ ਨੂੰ ਮੁੱਦਿਆਂ ਵੱਲ ਨੂੰ ਲੈ ਕੇ ਆ ਰਹੇ ਨੇ ਦੇਖੋ ਪੰਜਾਬ ਦੀ ਸਿਆਸਤ ਮੁੱਦਿਆਂ ਤੋਂ ਭਟਕ ਜਾਂਦੀ ਹੈ ਮੈਂ ਦੇਖ ਰਿਹਾ ਸੀ ਦੋ ਤਿੰਨ ਦਿਨਾਂ ਦਾ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਬੀਬੀ ਅਰੂਸਾ ਆਲਮ ਦਾ ਮਸਲਾ ਕੈਪਟਨ ਅਮਰਿੰਦਰ ਸਿੰਘ ਦਾ ਮਸਲਾ ਖੂਬ ਚੱਲ ਰਿਹਾ ਸੀ ਕੈਪਟਨ ਅਮਰਿੰਦਰ ਵੀ ਪੁਰਾਣੀਆਂ ਫੋਟੋਆਂ ਕੱਢ ਕੱਢ ਕੇ ਪਬਲਿਸ਼ ਕਰ ਰਹੀ ਸੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਐਲਬਮ ਹੀ ਬਣਾ ਕੇ ਰੱਖੀ ਹੋਵੇ ਬੀਬੀ ਅਰੂਸਾ ਆलम ਦੀਆਂ ਤਸਵੀਰਾਂ ਦੀ ਔਰ ਟੈਲੀਵਿਜ਼ਨ ਚੈਨਲ ਵੀ ਵੱਖ-ਵੱਖ ਨੇ ਜਿਹੜੇ ਉਹ ਬੀਬੀ ਅਰੂਸਾ ਆलम ਔਰ ਕੈਪਟਨ ਅਮਰਿੰਦਰ ਦੇ ਟਵੀਟਾਂ ਨੂੰ ਬਾਰ-ਬਾਰ ਦਿਖਾ ਰਹੇ ਸੀ ਫਿਰ ਸੁਖਜਿੰਦਰ ਰੰਧਾਵਾ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਜਿਹੜੀ ਜ਼ੁਬਾਨੀ ਜੰਗ ਚੱਲ ਰਹੀ ਸੀ ਉਹ ਵੀ ਸਾਰਿਆਂ ਨੂੰ ਦਿਖ ਰਹੀ ਸੀ ਇੱਕ ਦੂਜੇ ਤੇ ਇਲਜ਼ਾਮ ਲੱਗ ਰਹੇ ਸੀ ਇਹ 'ਚ ਕੋਈ ਦੋਰਾ ਹੀ ਨਹੀਂ ਹੈ ਕਿ ਸੁਖਜਿੰਦਰ ਰੰਧਾਵਾ ਦੀ ਬੜੀ ਦੋਸਤੀ ਸੀ ਕੈਪਟਨ ਅਮਰਿੰਦਰ ਦੇ ਨਾਲ ਇਹ ਸਾਰਿਆਂ ਨੂੰ ਪਤਾ ਹੈ ਪਰ ਇਹ ਵੀ ਅਸੀਂ ਨਾ ਭੁੱਲੀਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ 18 ਸੂਤਰੀ ਏਜੰਡਾ ਪੂਰਾ ਨਹੀਂ ਕੀਤਾ ਤੇ ਉਦੋਂ ਚਰਨਜੀਤ ਚੰਨੀ ਸੁਖਜਿੰਦਰ ਰੰਧਾਵਾ ਤ੍ਰਿਪਤ ਬਾਜਵਾ ਦੇਹਰਾਦੂਨ ਗਏ ਸੀ ਔਰ ਉਥੇ ਸ਼ਿਕਾਇਤ ਲਾ ਕੇ ਆਏ ਸੀ ਹਰੀਸ਼ रावत ਨੂੰ ਵੀ ਸਾਨੂੰ ਅਸੀਂ ਕੈਪਟਨ ਅਮਰਿੰਦਰ ਵਾਦੇ ਨਹੀਂ ਪੂਰੇ ਕਰ ਸਕਦੇ ਜੀ ਕੈਪਟਨ ਅਮਰਿੰਦਰ ਕੰਮ ਨਹੀਂ ਕਰ ਰਹੇ 18 ਸੂਤਰੀ ਝੰਡੇ ਤੇ ਕੰਮ ਨਹੀਂ ਹੋ ਰਿਹਾ। ਔਰ ਹੁਣ ਜਦੋਂ ਇਹ ਸੱਤਾ 'ਚ ਨੇ ਚਰਨਜੀਤ ਚੰਨੀ ਸਾਹਿਬ, ਸੁਖਜਿੰਦਰ ਰੰਧਾਵਾ ਸਾਹਿਬ ਔਰ ਤ੍ਰਿਪ ਤ੍ਰਿਜਿੰਦਰ ਬਾਜਵਾ ਸਾਹਿਬ ਇਹਨਾਂ ਨੂੰ ਕੌਣ ਰੋਕ ਰਿਹਾ? ਮੇਰਾ ਇਹ ਸਵਾਲ ਹੈ ਗਗਨ। ਇਹਨਾਂ ਨੂੰ ਕੌਣ ਰੋਕ ਰਿਹਾ 18 ਸੂਤਰੀ ਏਜੰਡਾ ਪੂਰਾ ਕਰਨ ਨੂੰ? ਜੀ। ਇਹ ਪੂਰਾ ਕਰਨ ਪਰ ਸੁਖਜਿੰਦਰ ਰੰਧਾਵਾ ਜੀ ਉਹ ਅਰੂਸਾ ਵਾਲਾ ਬਿਆਨ ਦੇ ਕੇ ਪੂਰਾ ਮਸਲਾ ਹੋਰ ਪਾਸੇ ਨੂੰ ਤੁਰ ਪਿਆ। ਨਵਜੋਤ ਸਿੰਘ ਸਿੱਧੂ ਦਾ ਜਿਹੜਾ ਟਵੀਟ ਹੈ ਉਹ ਤਾਂ ਪਹਿਲਾਂ ਵੀ ਕਰਦੇ ਨੇ। ਉਹ ਤਾਂ ਚਰਨਜੀਤ ਚੰਨੀ ਨੇ ਹੀ ਪ੍ਰੈਸ ਕਾਨਫਰੰਸ 'ਚ ਮੰਨ ਲਿਆ। ਵਿੰਦੋਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਨੇ ਤੇ ਉਹਨਾਂ ਉਹਨਾਂ ਨੂੰ ਟਵੀਟ ਕਰਨ ਦਾ ਹੱਕ ਹੈ ਔਰ ਉਹ ਹਾਈ ਕਮਾਂਡ ਅੱਗੇ ਵੀ ਇਹ ਗੱਲ ਰੱਖ ਸਕਦੇ ਨੇ ਔਰ ਸਾਡੇ ਅੱਗੇ ਵੀ ਰੱਖ ਸਕਦੇ ਨੇ ਕਿ ਇਹ ਕੰਮ ਹੋਣੇ ਚਾਹੀਦੇ ਨੇ ਪਰ ਸਵਾਲ ਇਹ ਹੈ ਕਿ ਸਰਕਾਰ ਸਾਡੀ ਨੂੰ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਵਧਣਾ ਚਾਹੀਦਾ ਹੁਣ ਨਵਜੋਤ ਸਿੰਘ ਸਿੱਧੂ ਕਿਉਂਕਿ ਪਾਰਟੀ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਤੇ ਜ਼ਿੰਮੇਦਾਰੀ ਕਾਂਗਰਸ ਦੀ ਸਰਕਾਰ ਲਿਆਉਣ ਦੀ ਵੀ ਹੈ ਤੇ ਕਾਂਗਰਸ ਦੀ ਸਰਕਾਰ ਦੁਬਾਰਾ ਤਾਂ ਹੀ ਬਣੂਗੀ ਅਗਰ 18 ਸੂਤਰੀ ਏਜੰਡੇ ਤੇ ਕੰਮ ਹੋਊਗਾ ਜੇ 18 ਸੂਤਰੀ ਏਜੰਡੇ ਤੇ ਕੰਮ ਨਹੀਂ ਹੁੰਦਾ ਮੋਰਿਆ ਸਭ ਤੇ ਸਰਕਾਰ ਨਹੀਂ ਬਣਨੀ ਜੀ ਇਸ ਕਰਕੇ ਨਵਜੋਤ ਸਿੰਘ ਸਿੱਧੂ बार-बार ਪੰਜਾਬ ਦੀ ਸਰਕਾਰ ਨੂੰ ਮੁੱਦਿਆਂ ਵਾਲੇ ਪਾਸੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਔਰ ਵਿਰੋਧੀਆਂ ਨੂੰ ਵੀ ਜੀ ਵਿਰੋਧੀਆਂ ਕੋਲੇ ਤਾਂ ਕੋਈ ਮੁੱਦਾ ਹੈ ਹੀ ਨਹੀਂ ਵਿਰੋਧੀਆਂ ਕੋਲੇ ਤਾਂ ਕੋਈ ਮੁੱਦਾ ਹੈ ਹੀ ਨਹੀਂ ਕਿਉਂਕਿ ਵਿਰੋਧੀ ਨੇ ਜਿਹੜੇ ਇਸ ਵਕਤ ਪੰਜਾਬ 'ਚ ਉਹ ਬਿਆਨ ਜ਼ਰੂਰ ਦੇ ਰਹੇ ਨੇ ਪਰ ਉਹ ਆਪ ਭਟਕੇ ਹੋਏ ਨੇ ਆਪ ਸੰਗਠਿਤ ਨਹੀਂ ਆਪ ਆਰਗੇਨਾਈਜ਼ਡ ਨਹੀਂ ਉਹਨਾਂ ਕੋਲੇ ਆਪਣਿਆਂ ਕੋਲੇ ਚਿਹਰੇ ਨਹੀਂ ਇਮਾਨਦਾਰੀ ਦੇ ਨਾਲ ਮੁੱਦਿਆਂ ਤੇ ਲੜਾਈ ਦਾ ਤਜਰਬਾ ਨਹੀਂ ਵਿਰੋਧੀਆਂ ਕੋਲੇ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਕੱਲ ਟਵੀਟ ਕੀਤੇ ਨੇ ਨਵਜੋਤ ਸਿੰਘ ਸਿੱਧੂ ਫੇਰ ਮੁੱਦਿਆਂ ਤੇ ਵਾਪਸ ਲੈ ਕੇ ਆਏ ਨੇ ਨਸ਼ਿਆਂ ਦੇ ਖਿਲਾਫ ਲੜਾਈ ਦਾ ਮੁੱਦਾ ਹੈ ਇਨਸਾਫ ਦਾ ਮੁੱਦਾ ਹੈ ਗੁਰੂ ਸਾਹਿਬ ਦੇ ਫੇਰ ਬੇਰੋਜ਼ਗਾਰੀ ਦਾ ਮੁੱਦਾ ਹੈ ਕਿਵੇਂ ਦੂਰ ਕਰਨੀ ਹੈ ਕਿਸਾਨੀ ਦਾ ਮੁੱਦਾ ਹੈ ਟਰਾਂਸਪੋਰਟ ਦਾ ਮੁੱਦਾ ਹੈ ਮਾਫੀਆ ਦਾ ਮੁੱਦਾ ਹੈ ਮਾਈਨਿੰਗ ਦਾ ਮੁੱਦਾ ਹੈ ਐਕਸਾਈਜ਼ ਦਾ ਮੁੱਦਾ ਹੈ ਇਹ ਸਾਰੇ ਰਿਫਾਰਮਸ ਦੇ ਮੁੱਦੇ ਨੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਅਸੀਂ ਅਸਲ ਮੁੱਦਿਆਂ ਤੇ ਆਈਏ ਭਾਵੇਂ ਉਹ ਚ ਸਰਕਾਰ ਹੈ ਭਾਵੇਂ ਕੇਂਦਰ ਵਾਲੀ ਹੈ ਅਸਲ ਮੁੱਦਿਆਂ ਵਾਲੇ ਪਾਸੇ ਅਸੀਂ ਮੁੜੀਏ ਅਸੀਂ ਕੈਪਟਨ ਮਰਿੰਦਰ ਤੇ ਅਰੂਸਾ ਆਲਮ ਦੀ ਬਹਿਸ ਤੇ ਟਾਈਮ ਨਾ ਖਰਾਬ ਕਰੀਏ ਸੋ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਐਂਟਰੀ ਮਾਰੀ ਹੈ ਜੀ ਟਵੀਟ ਕਰਕੇ ਜਦੋਂ ਹੀ ਨਵਜੋਤ ਸਿੰਘ ਸਿੱਧੂ ਦੇ ਟਵੀਟ ਆਉਂਦੇ ਆ ਨਾ ਜੀ ਮੈਂ ਦੇਖਿਆ ਨਵਜੋਤ ਸਿੰਘ ਸਿੱਧੂ ਦੇ ਟਵੀਟ ਆਉਣ ਤੋਂ ਬਾਅਦ ਟੈਲੀਵਿਜ਼ਨ ਚੈਨਲਾਂ ਤੋਂ ਉਹ ਅਰੂਸਾ ਰੰਧਾਵਾ ਕੈਪਟਨ ਅਮਰਿੰਦਰ ਵਾਲੇ ਮੁੱਦੇ ਲੈ ਗਏ ਜੀ ਕਿਉਂਕਿ ਟੈਲੀਵਿਜ਼ਨ ਚੈਨਲਾਂ ਵਾਲਿਆਂ ਨੂੰ ਵੀ ਚੇਤੇ ਆ ਗਿਆ ਵੀ ਅਸਲ ਮੁੱਦੇ ਤਾਂ ਪੰਜਾਬ ਦੇ ਆ ਹੈ ਇਸ ਕਰਕੇ ਉਹ ਨਵਜੋਤ ਸਿੰਘ ਸਿੱਧੂ ਦੇ ਟਵੀਟ ਦੇ ਹਵਾਲੇ ਦੇ ਨਾਲ ਫਿਰ ਅੱਗੇ ਤਰਕ ਵਿਤਾਰਕ ਚਰਚਾਵਾਂ ਬਿਆਨ ਸ਼ੁਰੂ ਹੋ ਗਏ ਤੇ ਪੰਜਾਬ ਫੇਰ ਮੁੱਦਿਆਂ ਵਾਲੇ ਪਾਸੇ ਮੁੜਿਆ ਆ ਸੋ ਮੈਂ ਇਹ ਕਈ ਵਾਰੀ ਸੋਚਦਾ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਦੇ ਟਵੀਟ ਨੇ ਜਿਹੜੇ ਉਹਨਾਂ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਮੈਨੂੰ ਲੱਗਦਾ ਜਿੰਨੀ ਪ੍ਰਸਿੱਧੀ ਨਵਜੋਤ ਸਿੰਘ ਸਿੱਧੂ ਦੇ ਟਵੀਟ ਨੂੰ ਮਿਲਦੀ ਹੈ ਨਾ ਮੋਰਾ ਸਾਹਿਬ ਉਨੀ ਪ੍ਰਸਿੱਧੀ ਤਾਂ ਪੰਜਾਬ ਸਰਕਾਰ ਦੇ ਬਜਟ ਖਰਚ ਕਰਕੇ ਲੱਗੇ ਇਸ਼ਤਿਹਾਰਾਂ ਨਾਲ ਨਹੀਂ ਮਿਲਦੀ ਹੋਣੀ ਆ ਤੁਸੀਂ ਦੇਖੋ ਕੈਪਟਨ ਸਾਹਿਬ ਦੀਆਂ ਫੋਟੋਆਂ 'ਚ ਚੰਨੀ ਸਾਹਿਬ ਦੀ ਫੋਟੋ ਆ ਗਈ ਨਵੇਂ-ਨਵੇਂ ਇਸ਼ਤਿਹਾਰ ਲੱਗਿਆ ਪਰਸੋਂ ਆਪ ਵਾਲਿਆਂ ਨੇ ਵੀ ਸਵਾਲ ਚੱਕਤਾ ਨਾ ਵੀ ਚੰਨੀ ਸਾਹਿਬ ਫੋਟੋ ਹੀ ਲੱਗੀਆਂ ਜਾਂਦੀਆਂ ਨੇ ਤੁਹਾਡੀਆਂ ਤਰਜ਼ੇ ਦਾ ਮਾਫ ਹੋ ਨਹੀਂ ਰਿਹਾ ਚੰਨੀ ਸਾਹਿਬ ਨੂੰ ਹੁਕਮ ਦੇਣਾ ਪਿਆ ਵੀ 29 ਅਕਤੂਬਰ ਤੋਂ ਪਹਿਲਾਂ-ਪਹਿਲਾਂ ਸਾਰੀਆਂ ਰਿਪ ਸ਼ੋਇਸ ਕਰਕੇ ਇਸ਼ਤਿਹਾਰਾਂ ਦੇ ਪਿੱਛੇ ਚੰਨੀ ਸਾਹਿਬ ਨੂੰ ਵੀ ਗਰੇਜ਼ ਕਰਨਾ ਚਾਹੀਦਾ ట్ਵੀਟ ਕਰਿਆ ਕਰਨ ਚੰਨੀ ਸਾਹਿਬ ਵੀ ਤਾਂ ਕਿ ਹੌਲੀ ਹੌਲੀ ਉਹਨਾਂ ਦੇ ਟਵੀਟਾਂ ਨੂੰ ਵੀ ਟੈਲੀਵਿਜ਼ਨ ਚੈਨਲਾਂ 'ਚ ਮਹੱਤਤਾ ਮਿਲੇ ਤੇ ਅਸਲ ਮੁੱਦਿਆਂ ਦੀ ਗੱਲ ਆਵੇ ਔਰ ਦੂਸਰੀ ਚਰਨਜੀਤ ਚੰਨੀ ਹੁਣ ਅੱਗੇ ਇੱਕ ਬਹੁਤ ਵੱਡਾ ਸਵਾਲ ਹੈ ਇਸ ਵਕਤ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਸਟੇਟਸ ਰਿਪੋਰਟ ਦੇ ਦੇਣੀ ਚਾਹੀਦੀ ਹੈ ਵੀ ਇਹ 18 ਮੁੱਦਿਆਂ ਤੇ ਅਸੀਂ ਇੱਥੇ ਖੜੇ ਹਾਂ ਚਰਨਜੀਤ ਚੰਨੀ ਹੋਣ ਲਈ ਜ਼ਰੂਰੀ ਹੈ ਕਿ ਉਹ ਸਟੇਟਸ ਰਿਪੋਰਟ ਦੇ ਦੇਣ ਵੀ 18 ਸੂਤਰੀ ਏਜੰਡੇ ਤੇ ਅਸੀਂ ਇੱਥੇ ਖੜੇ ਆ ਕਿਉਂਕਿ ਚਰਨਜੀਤ ਚੰਨੀ ਸੁਖਜਿੰਦਰ ਰੰਧਾਵਾ ਤ੍ਰਿਪਤ ਬਾਜਵਾ ਇਹਨਾਂ ਨੂੰ ਸ਼ਿਕਾਇਤ ਸੀ ਕਿ ਕੈਪਟਨ ਅਮਰਿੰਦਰ ਗੱਲ ਨਹੀਂ ਸੁਣਦੇ ਤੇ ਹਰੀਸ਼ रावत ਕੋਲੇ ਸ਼ਿਕਾਇਤ ਲਾਨ ਗਏ ਸੀ ਮੈਂ ਮੋਰਾ ਸਭ ਇੱਥੇ ਇੱਕ ਵਾਰੀ ਉਹ ਬਿਆਨ ਸੁਣਾਉਣਾ ਵੀ ਚਾਹਣਾ ਇਹਨਾਂ ਲੀਡਰਾਂ ਦਾ ਜਦੋਂ ਇਹ ਹਰੀਸ਼ रावत ਕੋਲੇ ਸ਼ਿਕਾਇਤ ਲਾਉਣ ਗਏ ਸੀ ਵੀ ਕੈਪਟਨ ਅਮਰਿੰਦਰ ਮੁੱਦੇ ਨਹੀਂ ਹੱਲ ਕਰ ਰਹੇ ਨੇ ਸਾਡੀ ਗੱਲ ਨਹੀਂ ਸੁਣ ਰਹੇ ਨੇ ਅਸੀਂ ਇਹਨਾਂ ਨੂੰ ਬਦਲਾਉਣਾ ਚਾਹੁੰਦੇ ਆ ਇਹਨਾਂ ਦੀ ਗੱਲ ਸੁਣ ਲਈਏ ਪਹਿਲਾਂ ਸਾਨੂੰ ਵਿਸ਼ਵਾਸ ਨਹੀਂ ਰਿਹਾ ਕਿ ਇਹ ਮੁੱਦੇ ਪੂਰੇ ਹੋਣਗੇ ਇਸ ਕਰਕੇ ਅਸੀਂ ਅੱਜ ਹਾਈ ਕਮਾਂਡ ਨੂੰ ਟਾਈਮ ਮੰਗ ਰਹੇ ਆ ਉਹਨਾਂ ਨੂੰ ਮਿਲਣ ਜਾ ਰਹੇ ਆ ਜਾਵਾਂਗੇ ਤੇ ਉਹਨਾਂ ਨੂੰ ਆਪਣੀ ਗੱਲ ਦੱਸਾਂਗੇ ਤਾਂ ਕਿ ਇਹਨਾਂ ਪੰਜਾਬ ਦੇ ਮੁੱਦਿਆਂ ਦਾ ਹੱਲ ਹੋ ਸਕੇ ਐਸੀ ਇਹਨਾਂ ਮੁੱਦਿਆਂ ਤੋਂ ਪੂਰਾ ਕਰਨ ਤੋਂ ਘੱਟ ਕੋਈ ਨਹੀਂ ਗੱਲ ਮੰਨਦੇ ਸਰ ਵੀ ਮੌਜੂਦ ਹੈ ਲੀਡਰਸ਼ਿਪ ਚ ਹੋ ਜਾਣਗੇ ਸਾਨੂੰ ਜੇ ਭਰੋਸਾ ਹੁੰਦਾ ਤਾਂ ਇਹ ਕੱਟੇ ਨਹੀਂ ਸੀ ਹੋਣਾ ਐਸੇ ਕਰਕੇ ਅਸੀਂ ਕੇਂਦਰ ਸਰਕਾਰ ਨਾਲ ਹਾਈ ਕਮਾਂਡ ਨੂੰ ਸੀਐਮ ਰਿਪਲੇਸ ਕਰਨ ਦੀ ਮੰਗ ਕਰੋਗੇ ਜਿੱਦਾਂ ਤੁਸੀਂ ਕਹਿ ਰਹੇ ਟਰਸਟ ਨਹੀਂ ਹੈ ਇਹ ਹਾਈ ਕਮਾਂਡ ਨੇ ਦੇਖਣਾ ਹੈ ਸਾਡਾ ਵਾਸਤੇ ਹੱਲ ਕਰਨਾ ਹੈ ਲੇਕਿਨ ਅੱਜ ਹਾਲਾਤ ਇਹ ਹੈ ਕਿ ਇਸ ਮੁੱਖ ਮੰਤਰੀ ਨਾਲ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਇਸ ਕਰਕੇ ਅਸੀਂ ਕੇਂਦਰ ਸਰਕਾਰ ਨਾਲ ਮਿਲਣ ਜਾ ਰਹੇ ਹਾਈ ਕਮਾਂਡ ਨੂੰ ਮਿਲਣ ਜਾ ਰਹੇ ਤਿਰਪਤ ਰਜਿੰਦਰ ਸਿੰਘ ਬਾਜਵਾ ਜੀ ਸਾਡੇ ਜਿੰਦਰ ਸਿੰਘ ਰਣਦਾਵਾ ਜੀ ਸੁਖ ਸਰਕਾਰੀਆ ਜੀ ਸਾਡੇ ਜਨ ਅਕਤਰ ਸਾਹਿਬ ਸਰਪਰਗਟ ਸਿੰਘ ਜੀ ਤੇ ਮੈਂ ਐਸੀ ਪੰਜ ਬੰਦੇ ਆਨੂੰ ਸਾਨੂੰ ਨੋਮੀਨੇਟ ਕੀਤਾ ਗਿਆ ਆਪਣੇ ਹਾਲਾਤ ਪੰਜਾਬ ਦੇ ਕਾਂਗਰਸ ਪਾਰਟੀ ਦੇ ਕਿਉਂਕਿ ਅੱਜ ਪੰਜਾਬ ਦੇ ਮਸਲਿਆਂ ਦਾ ਪੰਜਾਬ ਦੇ ਲੋਕਾਂ ਦੀ ਗੱਲ ਹੈ ਜਿਹੜੀ ਅਸੀਂ ਲੜਾਈ ਅੱਗੇ ਲੈ ਕੇ ਜਾਣੀ ਹੈ ਲੜਨੀ ਹੈ ਪਰ ਇਹਨੂੰ ਹੱਲ ਕਰਨਾ ਨਾ ਸਾਨੂੰ ਮੰਟਰੀ ਦੀ ਲਾਲਚ ਆ ਹਾਂਜੀ ਨਾ ਸਾਨੂੰ ਸਾਡੀ ਮੰਟਰੀ ਜਾਣਦਾ ਕੋਈ ਡਰਿਆ ਸਾਨੂੰ ਪੰਜਾਬ ਦੇ ਤੇ ਜਿਹੜੇ ਲੋਕਾਂ ਨਾਲ ਵਾਦੇ ਕਾਂਗਰਸ ਨੇ ਹੀ ਕਰਕੇ ਆਏ ਸਾਡੀ ਅੱਜ ਗੱਲ ਉਹਨਾਂ ਦੇ ਸਾਡੀ 10 ਵਜੇ ਟੁਰਨਿੰਗ ਚੱਲ ਰਹੀ ਹੈ ਤੁਹਾਡੇ ਸਾਹਮਣੇ ਐਮਐਲਏ ਆ ਵੀ ਰਹੇ ਨੇ ਤੇ ਐਮਐਲਏ ਜਾ ਵੀ ਰਹੇ ਨੇ ਦੇਖੋ ਅਸੀਂ ਦਿੱਲੀ ਦੱਸਾਂਗੇ ਉੱਥੇ ਜਾ ਕੇ ਪੰਜ ਅਧਮੀਆਂ ਨੂੰ ਸਾਨੂੰ ਆਥਰਾਇਜ਼ ਕੀਤਾ ਉਹ ਅਸੀਂ ਜਾ ਰਹੇ ਹਾਂ ਦੇ ਵਿੱਚ ਸਾਡੀ ਅਸੀਂ ਪਹਿਲਾਂ ਮਨਿਸਟਰ ਜਿਹੜੇ ਸਾਨੂੰ ਨੋਮਿਨੇਟ ਕੀਤਾ ਗਿਆ ਪਹਿਲਾਂ ਉਹ ਮਿਲਣਾ ਦੇਖੋ ਜਿਸ ਸੈਟੀਸਫੈਕਸ਼ਨ ਹੈਗੀ ਆ ਬੰਗ ਹੈ ਦੇ ਕਿ ਜਿਹੜੇ ਇਸ਼ੂਜ਼ ਆ ਕਿ ਕੋਈ ਇੰਡੀਵਿਜੂਅਲ ਇਸ਼ੂ ਨਹੀਂ ਆ ਕੋਈ ਸਟੇਟ ਦੇ ਇਸ਼ੂਜ਼ ਹੈਗੇ ਆ ਔਰ ਮੈਂ ਤਾਂ ਹਮੇਸ਼ਾ ਡਿਮਾਂਡ ਕਰਦਾ ਰਿਹਾ ਤੇ ਅੱਜ ਬੇਸਿਕਲੀ ਜਿਹੜੇ ਬਾਕੀ ਐਮ ਐਲ اے ਵੀ ਫੀਲ ਕਰਦੇ ਆ ਕੋਈ ਗਰੁੱਪ ਨਹੀਂ ਹੈ ਤੁਸੀਂ ਹਮੇਸ਼ਾ ਇੱਕੋ ਹੀ ਗੱਲ ਕਰਦੇ ਹੋ ਕਿ ਕਿੰਨਿਆਂ ਦਾ ਸਮਰਥਨ ਹੈ ਕੀ ਆ ਲੇਕਿਨ ਇਹ ਪੰਜਾਬ ਦੀ ਗੱਲ ਹੈ ਇਸ਼ੂਜ਼ ਦੀ ਗੱਲ ਹੈ ਔਰ ਇਸ਼ੂਜ਼ ਨੂੰ ਐਡਰੈਸ ਕਰਵਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਔਰ ਉਹਦੇ ਲਈ ਹੀ ਅਸੀਂ ਜਿਹੜਾ ਆ ਇਹ ਜਿਹੜਾ ਆ ਉਹ ਮਿੰਟ ਪਰ ਜੀ ਚੀਫ ਮਿਨਿਸਟਰ ਕੀ ਲੱਗਦਾ ਹੈ ਕਿ ਮੈਜੋਰਟੀ ਆਫ ਕਾਂਗਰਸ ਆ ਐਮ ਐਲ ਏ ਇਸ ਦਾ ٹرسٹ ਜਿਹੜਾ ਨੇ ਉਹ ਖੋ ਚੁੱਕੇ ਨੇ ਦੇਖੋ ਕੰਮ ਦੀ ਗੱਲ ਹੈਗੀ ਆ ਕਿਉਂਕਿ ਜਦੋਂ ਕੰਮ ਦੇ ਵਿੱਚ ਡਿਲੇ ਹੁੰਦਾ ਆ ਕੰਮ ਉੱਥੇ ਦਾ ਉੱਥੇ ਹੀ ਖੜਾ ਆ ਕੰਮ ਦੀ ਗੱਲ ਨਹੀਂ ਹੈ ਇਸ਼ੂਜ਼ ਦੀ ਗੱਲ ਹੈ

ਇਹ ਕਾਂਗਰਸ ਕੋ ਮਰਵਾਣੇ ਦੀ ਸਾਜ਼ਿਸ਼ ਕਰ ਰਹਾ ਹੈ ਜੇ ਭਾਈਵਾ ਸਾਹਿਬ ਵਿਰੋਧੀ ਪਹਿਲਾਂ ਵੀ ਕਹਿ ਰਹੇ ਸੀ ਕਿ ਕੰਮ ਨਹੀਂ ਹੁੰਦੇ ਹੁਣ ਉਹਦੇ ਉੱਪਰ ਵਿਰੋਧੀ ਕਹਿੰਦੇ ਮੋਹਰ ਲੱਗ ਗਈ ਹੈ ਕਿਹੜੇ ਕੰਮ ਨਹੀਂ ਹੁੰਦੇ ਲੋਕਾਂ ਦੇ ਕੰਮ ਇਹੋ ਜਿਹੇ ਉਹ ਚਲੋ ਗੱਲ ਛੱਡੋ ਤੁਸੀਂ ਇਹੀ ਦਾ ਕਾਂਗਰਸ ਦੇ ਫਿਊਚਰ ਬਾਰੇ ਗੱਲ ਕਰ ਰਹੇ ਹੋ ਕੰਮਾਂ ਦੀ ਮਾਮੂਲੀ ਗੱਲ ਹੈ ਕੰਮ ਹੋਵੇ ਇਹਦਾ ਫਿਊਚਰ ਹੀ ਖਤਮ ਹੋ ਰਿਹਾ ਕਾਂਗਰਸ ਦਾ ਜੇ ਪੰਜਾਬ ਦੀ ਕਾਂਗਰਸ ਆਉਂਦੀ ਫਿਰ ਨੈਸ਼ਨਲ ਲੈਵਲ ਤੇ ਰਿਵਾਈਵ ਹੋਣੀ ਸੀਗੀ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਖਤਮ ਕਰ ਰਿਹਾ ਹੈ ਠੀਕ ਤੇ ਕਹਿਣਾ ਚਾਹੁੰਦੇ ਆ ਵੀ ਮੈਂ ਮੈਂ ਖਤਮ ਤੇ ਪੰਜਾਬ 50 ਦੀ ਕਾਂਗਰਸ ਦਾ ਲੀ ਖਤਮ ਇਸਟ੍ਰੀਟ ਹੋਣੀ ਚਾਹੀਦੀ ਆ ਸੋ ਆ ਤੁਸੀਂ ਗੱਲ ਸੁਣੀ ਇਹਨਾਂ ਲੀਡਰਾਂ ਦੀ ਇਹ ਗਏ ਸੀ ਸ਼ਿਕਾਇਤ ਲਾਉਣ ਹਰੀਸ਼ ਰਾਵਤ ਦੇ ਉਸ ਤੋਂ ਬਾਅਦ ਗੱਲ ਸ਼ੁਰੂ ਹੋਈ ਕੈਪਟਨ ਮਰਿੰਦਰ ਦੇ ਦੇ ਬੇਪਰੋਸ਼ਗੀ ਦੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੈ ਵਿਧਾਇਕਾਂ ਦੀ ਬੁਲਾਉਣ ਵਾਲਾ ਸਿਲਸਿਲਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਮੀਟਿੰਗ ਬੁਲਾਈ ਗਈ ਪਰ ਕੈਪਟਨ ਮਰਿੰਦਰ ਉਸ ਤੋਂ ਪਹਿਲਾਂ ਹੀ ਇਸਤੀਫਾ ਦੇ ਗਏ ਹੁਣ ਕੈਪਟਨ ਮਰਿੰਦਰ ਜੀ ਵੀ ਗੱਲ ਦੇਖ ਲਓ ਕੈਪਟਨ ਮਰਿੰਦਰ ਪਹਿਲਾਂ ਫੌਜ ਤੋਂ ਇਸਤੀਫਾ ਦੇ ਆਏ ਫਿਰ ਕੈਪਟਨ ਅਮਰਿੰਦਰ ਮੁੱਖ ਮੰਤਰੀ ਸ਼ਿਪ ਚ ਜਦੋਂ ਮੀਟਿੰਗ ਸੀਗੀ ਵਿਧਾਇਕਾਂ ਦੀ ਉਸ ਤੋਂ ਪਹਿਲਾਂ ਅਸਤੀਫਾ ਦੇ ਗਏ ਸੋ ਮੈਂ ਦੇਖਿਆ ਕੈਪਟਨ ਅਮਰਿੰਦਰ ਵੀ ਜਦੋਂ ਲੋਡ ਹੁੰਦੀ ਹੈ ਸਭ ਤੋਂ ਵੱਧ ਉਦੋਂ ਅਸਤੀਫਾ ਦੇ ਰਹੇ ਨੇ ਫੌਜ ਤੋਂ ਅਸਤੀਫਾ ਦੇਣ ਦੀ ਕੀ ਲੋੜ ਸੀ ਕੈਪਟਨ ਅਮਰਿੰਦਰ ਨੂੰ ਫੌਜ ਚ ਅਗਰ ਭਰਤੀ ਹੋਏ ਸੀ ਤੇ ਫਿਰ ਸ਼ਾਨ ਦੇ ਨਾਲ ਸੇਵਾ ਕਰਦੇ ਚਲੋ ਅਗਰ ਉਹਨਾਂ ਨੇ ਫੌਜ ਤੋਂ ਅਸਤੀਫਾ ਦੇਤਾ ਫਿਰ ਮੁੱਖ ਮੰਤਰੀ ਬਣ ਗਏ ਜੇ ਹੁਣ ਦੂਜੀ ਵਾਰੀ ਫਿਰ ਅਸਤੀਫਾ ਦੇ ਗਏ ਜਦੋਂ ਗੱਲ ਆ ਗਈ ਮੁੱਦਿਆਂ ਦੀ ਸੋ ਕੈਪਟਨ ਕਦੀ ਅਸਤੀਫਾ ਨਹੀਂ ਦੰਦੇ ਹੁੰਦੇ ਪਰੇ ਕੈਪਟਨ ਮਰਿੰਦਰ ਫੌਜ ਤੋਂ ਵੀ ਅਸਤੀਫਾ ਦੇ ਗਏ ਤੇ ਪੰਜਾਬ ਦੇ ਵਿਧਾਇਕਾਂ ਦੀ ਗੱਲ ਸੁਣਨ ਤੋਂ ਪਹਿਲਾਂ ਲੋਕ ਮੁੱਦਿਆਂ ਤੇ ਅਸਤੀਫੇ ਦੇ ਗਏ ਕਿਉਂ ਕਿ ਕਿਉਂਕਿ ਵਾਅਦੇ ਤਾਂ ਕੈਪਟਨ ਮਰਿੰਦਰ ਦੇ ਹੀ ਸੀ ਘਰ ਘਰ ਨੌਕਰੀ ਨੌਜਵਾਨਾਂ ਨੂੰ ਮੋਬਾਈਲ ਫੋਨ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਨਾ ਮੋੜਿਓ ਕਿਸ਼ਤਾ ਮੈਂ ਦਊਂਗਾ ਕਿ ਸਾਰੇ ਕੈਪਟਨ ਮਰਿੰਦਰ ਦੇ ਵਾਅਦੇ ਸੀ ਨਸ਼ੇ ਖਤਮ ਕਰਨ ਦਾ ਜੀ ਫਿਰ ਸੌ ਖਾਦੀ ਸੀ ਉੱਥੇ ਤਖਤ ਸਾਹਿਬ ਦੇ ਬਾਹਰ ਵੀ ਮੈਂ ਉਹਨੂੰ ਅੰਦਰ ਦੇ ਦੂੰ ਠੇਰ ਕਹਿੰਦੇ ਮੈਂ ਅੰਦਰ ਕਿਵੇਂ ਦੇ ਸਕਦਾ ਸੋ ਕੈਪਟਨ ਮਰਿੰਦਰ ਵੀਨਕ ਬੜੇ ਕਨਫਿਊਜ਼ਡ ਜੇ ਲੀਡਰ ਮੈਨੂੰ ਲੱਗਣ ਲੱਗੇ ਉਮਰ ਬੜੀ ਸਿਆਣੀ ਆ ਉਹਨਾਂ ਦੀ ਸਾਡੇ ਤਾਂ ਬਜ਼ੁਰਗਾਂ ਦੀ ਉਮਰ ਦੇ ਨੇ ਬੜਾ ਸਤਿਕਾਰ ਹੈ ਕੈਪਟਨ ਮਰਿੰਦਰ ਦਾ ਪਰ ਮੈਂ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਸੁਣ ਰਿਹਾ ਸੀ ਕਿਹਨੇ ਮੇਰੀ ਆਖਰੀ ਚੋਣਾਂ ਮੈਂ ਸਮਝਦਾ ਸੀ ਕੈਪਟਨ ਮਰਿੰਦਰ ਜ਼ੁਬਾਨ ਦਾ ਪੱਕਾ ਲੀਡਰ ਹੈ ਉਹ ਹੁਣ ਪਤਾ ਲੱਗੂਗਾ ਜੇ ਕੈਪਟਨ ਮਰਿੰਦਰ ਐਤ ਕੀ ਚੋਣ ਲੜ ਪੇ ਫਿਰ ਤਾਂ ਕੱਚੇ ਸਾਬਤ ਹੋ ਜਾਣਗੇ ਤੇ ਜੇ ਨਾ ਲੜੇ ਫਿਰ ਮੈਂ ਮੰਨ ਲੂੰਗਾ ਵੀ ਕੈਪਟਨ ਮਰਿੰਦਰ ਨੇ ਕਿਹਾ ਸੀ ਮੇਰੀ ਆਖਰੀ ਚੋਣ ਹੈ ਮੈਂ ਨਹੀਂ ਲੜਦਾ ਪਰ ਪਾਰਟੀ ਕਹਿੰਦੇ ਮੈਂ ਬਣਾਉਣੀ ਹੈ ਮੈਂ ਪਿੱਛੇ ਜੇ ਸੁਣਿਆ ਸੀ ਕੈਪਟਨ ਮਰਿੰਦਰ ਨੇ ਹੁਣ ਕੈਪਟਨ ਮਰਿੰਦਰ ਅਰੂਸਾ ਆਲਮ ਇਹਨਾਂ ਦੇ ਟਵੀਟ ਇਹਨਾਂ ਮਸਲਿਆਂ ਦੇ ਉੱਤੇ ਹੀ ਪੰਜਾਬ ਚ ਸਿਆਸੀ ਖਿਚੜੀ ਟੈਲੀਵਿਜ਼ਨ ਚੈਨਲਾਂ ਵਾਲੇ ਪਕਾਰੇ ਸੀ ਤੇ ਲੋਕ ਸਾਡੇ ਔਖੇ ਨੇ ਬਿਜਲੀ ਦਾ ਦੇਖ ਲਓ ਕੱਟ ਲੱਗੀ ਜਾਂਦੇ ਨੇ ਚੰਨੀ ਸਾਹਿਬ ਧਿਆਨ ਦਿਓ ਬਿਜਲੀ ਦੇ ਸਮਝੌਤੇ ਕਰ ਦਿਓ ਰੱਦ ਫਾਲਟੀ ਨੇ ਜਿਹੜੇ ਬਣਾ ਦਿਓ ਐਕਸਾਈਜ਼ ਦੀ ਨਵੀਂ ਪਾਲਿਸੀ ਸ਼ਰਾਬ ਦੀ ਚੋਰੀ ਵੀ ਹੋ ਰਹੀ ਹੈ ਬਣਾ ਦਿਓ ਮਾਈਨਿੰਗ ਦੀ ਪਾਲਿਸੀ ਨਵੀਂ ਕੋਸ਼ਿਸ਼ ਤਾਂ ਬਣਾ ਦਿਓ ਚੰਨੀ ਸਾਹਿਬ ਸਮਾਂ ਮਹੀਨਾ ਲੰਘ ਗਿਆ ਲਗਭਗ ਸੋ ਇਸ ਕਰਕੇ ਸਵਾਲ ਵਿਰੋਧੀ ਚੱਕ ਰਹੇ ਨੇ ਪਰ ਸਿੱਧੂ ਕਹਿੰਦਾ ਮੈਂ ਮੁੱਦਿਆਂ ਤੇ ਖੜਾ ਮੈਂ ਸਮਝੌਤਾ ਨਹੀਂ ਕਰਦਾ ਸੋ ਇਹੀ ਜਿਹੜੇ ਟਵੀਟ ਨੇ ਸਿੱਧੂ ਦੇ ਉਹ ਯਾਦ ਕਰਾਉਂਦੇ ਨੇ ਲੋਕਾਂ ਨੂੰ ਕਿ ਮੁੱਦਿਆਂ ਦੀ ਪਹਿਰੇਦਾਰੀ ਕਰਨੀ ਬੜੀ ਜ਼ਰੂਰੀ ਹੈ ਮੋਰਤ ਸਾਹਿਬ ਅਗਰ ਨਵਜੋਤ ਸਿੰਘ ਸਿੱਧੂ ਵੀ ਇਹਨਾਂ ਮੁੱਦਿਆਂ ਦੀ ਪਹਿਰੇਦਾਰੀ ਨਾ ਕਰੇ ਨਾ ਫਿਰ ਪੰਜਾਬ ਚ ਮੁੱਦਾ ਪਤਾ ਚੋਣਾਂ ਚ ਕੀ ਬਣਨਾ ਹੈ ਰਾਸ਼ਟਰਵਾਦ ਫਿਰ ਵਿਕਾਸ ਵਕੂਸ ਮਾਈਨਿੰਗ ਐਕਸਾਈਜ਼ ਪਾਲਿਸੀ ਰੋਜ਼ਗਾਰ ਦੇ ਮੁੱਦੇ ਖਤਮ ਹੋ ਜਾਣੇ ਜਿਵੇਂ ਪੱਛਮੀ ਬੰਗਾਲ ਚ ਸੋ ਇਸ ਕਰਕੇ ਰਾਸ਼ਟਰਵਾਦੀ ਤਾਂ ਅਸੀਂ ਪੱਕੇ ਆ ਅਸੀਂ ਤਾਂ ਪੱਕੇ ਦੇਸ਼ ਭਗਤਾਂ ਫੌਜੀਆ ਦੇ ਸੁਤੰਤਰਤਾ ਸੰਾਨੀਆਂ ਦੇ ਪਰਿਵਾਰਾਂ ਚੋਂ ਆ ਪੰਜਾਬੀ ਅਸੀਂ ਸੋ ਜਿਹੜੀਆਂ ਸਿਆਸੀ ਤਿਰਾਨੇ ਨੇ ਨਾ ਇਸ ਵਕਤ ਪੰਜਾਬ ਚ ਚੋਣਾਂ ਤੋਂ ਪਹਿਲਾਂ ਪਟਕਾਹਟ ਪੈਦਾ ਕਰਨਾ ਚਾਹੁੰਦੀਆਂ ਨੇ ਵੀ ਮੁੱਦਿਆਂ ਤੋਂ ਗੁਮਰਾਹ ਕਰ ਦਿਓ ਪੰਜਾਬੀਆਂ ਨੂੰ ਤੇ ਨਵੇਂ ਮੁੱਦੇ ਲਿਆਓ ਜੀ ਦੇ ਨਾਲ ਕੈਪਟਨ ਅਮਰਿੰਦਰ ਵੀ ਫਿਰ ਮੂਰਲੀ ਕਤਾਰ ਚ ਆ ਜੂਗਾ ਕੈਪਟਨ ਮਰਿੰਦਰ ਵੀ ਦੇਖੋ ਜੀ ਰਾਸ਼ਟਰਵਾਦ ਮੁੱਦਾ ਹੈ ਵੀ ਜੇ ਸਿੱਧੂ ਪੰਜਾਬ ਚ ਅੱਗੇ ਆ ਗਿਆ ਸਿੱਧੂ ਨੂੰ ਲੋਕਾਂ ਨੇ ਤਾਕਤ ਦਿੱਤੀ ਜੇ ਸਿੱਧੂ ਨੂੰ ਮੁੱਖ ਮੰਤਰੀ ਬਣਾ ਕੇ ਬਣਾਤਾ ਤੇ ਪੰਜਾਬ ਤੇ ਖਤਰਾ ਖੜਾ ਹੋ ਜੂ ਜੀ ਕੈਪਟਨ ਸਾਹਿਬ ਆ ਫੌਜੀ ਜਿਹੜੇ ਸਾਡੇ ਬਾਰਡਰ ਤੇ ਖੜੇ ਹਨ ਨਾ ਉਹ ਅਸਤੀਫੇ ਵਾਲੇ ਫੌਜੀ ਨਹੀਂ ਉਹ ਦੇਸ਼ ਲਈ ਜਾਨ ਬਾਰਨ ਲਈ ਖੜੇ ਨੇ ਉਹ ਅਸਤੀਫਾ ਦੇ ਕੇ ਆਉਣ ਵਾਲੇ ਨਹੀਂ ਇਸ ਕਰਕੇ ਸਾਡੇ ਮੁਲਕ ਨੂੰ ਖਤਰਾ ਕੋਈ ਨਹੀਂ ਅਸੀਂ ਸਾਰੇ ਪੰਜਾਬੀ ਲੋੜ ਵੇਲੇ ਚੱਲ ਜਾਾਂਗੇ ਰਫਲਾਂ ਚੱਕ ਕੇ ਬਾਰਡਰ ਤੇ ਐਡੀ ਛੇਤੀ ਨਹੀਂ ਕੋਈ ਖਤਰਾ ਖੜਾ ਹੁੰਦਾ ਸਾਡੇ ਮੁਲਕ ਤੇ ਅਸੀਂ ਐਡੇ ਐਡੇ ਦੇਸ਼ ਭਗਤ ਸਾਰੇ ਸੋ ਇਸ ਕਰਕੇ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਹੈ ਮੋਰਾਂ ਸਭ ਚੋਣਾਂ ਤੋਂ ਪਹਿਲਾਂ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਇਹੋ ਜਿਹਾ ਮਾਹੌਲ ਬਣ ਜੇ ਦੇਖੋ ਆ ਬੀਐਸਐਫ 50 ਕਿਲੋਮੀਟਰ ਆ ਗਈ ਬੀਐਸਐਫ ਸਾਡੀ ਹੋਈ ਹੈ ਸਾਡੇ ਹੀ ਫੌਜੀ ਹੈ ਪਹਿਲਾਂ ਵੀ ਕੋਈ ਖਤਰਾ ਨਹੀਂ ਸੀ ਬੀਐਸਐਫ ਤਾਂ ਹੁਣ ਵੀ ਨਹੀਂ ਪਰ ਪੋਲਿਟਿਕਲ ਪਾਰਟੀਆਂ ਇਹ ਖਤਰਾ ਬਣਾਉਣੀਆਂ ਚਾਹੁੰਦੀਆਂ ਨੇ ਵੀ ਪਾਕਿਸਤਾਨ ਤੋਂ ਪਤਾ ਨਹੀਂ ਕਿੱਡਾ ਖਤਰਾ ਹੈ ਪਾਕਿਸਤਾਨ ਦਾ ਤਾਂ ਆਪਣਾ ਡਾਲਰ 170 ਤੋਂ ਪਾਰ ਹੋ ਗਿਆ ਇੰਡੀਆ ਦੇ ਮੁਕਾਬਲੇ ਪਾਕਿਸਤਾਨ ਵਾਲੇ ਤਾਂ ਦਾਲ ਫੁਲਕਾ ਖਾ ਲੈਣ ਤਿੰਨ ਟਾਈਮ ਦਾ ਅਸੀਂ ਵੀ ਅਰਦਾਸ ਕਰਦੇ ਹਾਂ ਰੱਬ ਅਗੇ ਨਹੀਂ ਤਾਂ ਉਹਨਾਂ ਨੇ ਫੇਰ ਜੇ ਉਹਨਾਂ ਨੂੰ ਨਹੀਂ ਰੋਟੀ ਮਿਲੂਗੀ ਇੱਜ਼ਤ ਦੀ ਉਹਨਾਂ ਨੇ ਫੇਰ ਅੱਤਵਾਦ ਵਾਲੇ ਪਾਸੇ ਲੱਗ ਜਾਣਾ ਪਾਕਿਸਤਾਨੀਆਂ ਨੇ ਜੀ ਉਹ ਰੱਬ ਬਚਾਵੇ ਉਹਨਾਂ ਨੂੰ ਦਾਲ ਫੁਲਕਾ ਦਹੀਂ ਰੱਖੇ ਜੀ ਤਾਂ ਕਿ ਉਹ ਆਪਣੇ ਅੱਤਵਾਦੀਆਂ ਤੋਂ ਬਚੇ ਰਹਿਣ ਹਜੇ ਵੀ ਪਾਕਿਸਤਾਨ 'ਚ ਕਿੰਨੇ ਅੱਤਵਾਦੀ ਆ ਦੇਖੋ ਆ ਸਾਡੇ ਫੌਜੀ ਕਿਵੇਂ ਸ਼ਹੀਦ ਹੋ ਰਹੇ ਨੇ ਰੋਜ਼ ਜੀ ਦੁੱਖ ਹੁੰਦਾ ਐਡੇ ਫੌਜੀ ਸ਼ਹੀਦ ਹੋ ਰਹੇ ਨੇ ਪਰ ਸਾਡੇ ਸੂਬੇ ਚ ਅਸਲ ਮੁੱਦਾ ਜਿਹੜਾ ਉਹ ਸਾਡੇ ਆਪਣੇ ਮੁੱਦੇ ਨੇ ਪਾਕਿਸਤਾਨ ਤੋਂ ਸਾਨੂੰ ਕੋਈ ਖਤਰਾ ਨਹੀਂ ਨਾ ਕਿੰਨੀ ਵਾਰੀ ਅਸੀਂ ਹਰਾਤਾ ਜੰਗ ਚ ਪਾਕਿਸਤਾਨ ਜੀ ਇੰਦਰਾ ਗਾਂਧੀ ਨੇ ਤੋੜਤਾ ਪਾਕਿਸਤਾਨ ਬੰਗਲਾਦੇਸ਼ ਬਣਾਤਾ ਨਵਾਂ ਸੋ ਕਿੱਥੇ ਭਾਰਤ ਦੀ ਫੌਜ ਜਲ ਸੈਨਾ ਹਵਾਈ ਸੈਨਾ ਥਲ ਸੈਨਾ ਤੇ ਕਿੱਥੇ ਇਹ ਡਰਾਉਣਾ ਪਾਕਿਸਤਾਨ ਦਾ ਨਾਂ ਲੈ ਲੈ ਕੇ ਮੈਨੂੰ ਲੱਗਦਾ ਇਹ ਸਿਆਸਤ ਕਰ ਰਹੇ ਨੇ। ਜਿੱਦ ਕੀਤੀ ਆਪਾਂ ਕੱਲ ਦਾ ਮੈਚ ਹੋਇਆ ਭਾਰਤ ਔਰ ਪਾਕਿਸਤਾਨ ਦੇ ਵਿੱਚ। ਉੱਥੇ ਸਾਡੇ ਖਿਡਾਰੀਆਂ ਨੇ ਜਫੀਆਂ ਪਾਈਆਂ, ਇੱਕ ਦੂਜੇ ਨਾਲ ਹੱਥ ਵੀ ਮਿਲਾਏ। ਤੇ ਗੱਲ ਉਧਰ ਕਰੀਏ ਬਾਰਡਰ ਤੇ ਸਾਡੇ ਕਈ ਜਵਾਨ ਸ਼ਹੀਦ ਹੋ ਗਏ। ਤੁਸੀਂ ਦੇਖੋ ਸ਼ਾਂਤੀ ਤਾਂ ਵੀ ਹੋ ਰਹੀਆਂ, ਕਿਹੜਾ ਐਸੇ ਵੇਲੇ ਭਾਰਤ ਔਰ ਪਾਕਿਸਤਾਨ ਦਾ ਮੈਚ ਹੋਣਾ ਚਾਹੀਦਾ? ਔਰ ਜਦੋਂ ਕਦੇ ਇਮਰਾਨ ਖਾਨ ਔਰ ਨਵਜੋਗ ਸਿੰਘ ਸਿੱਧੂ ਦੀ ਗੱਲ ਚਲਦੀ ਹੈ, ਉਹਨਾਂ ਦੇ ਕਦੇ ਮਿਲੇ ਸੀਗੇ ਤੇ ਉਸ ਮੁੱਦੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀ ਗੱਲਾਂ ਕੀਤੀ ਜਾਂਦੀਆਂ। ਤੁਸੀਂ ਕੀ ਸਮਝਦੇ ਹੋ ਇਹ ਕੀ ਹੋ ਰਿਹਾ ਹੈ ਪੋਲਿਟਿਕਸ ਦੇ ਵਿੱਚ ਦੇਖੋ ਦੋਨੇ ਖਿਡਾਰੀ ਨੇ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਖਿਡਾਰੀ ਸੀ ਜੀ ਇਸ ਕਰਕੇ ਉਹਨਾਂ ਦੀ ਵਕਫੀ ਹੈ ਦੋਸਤੀ ਕਹਿ ਲਓ ਜੀ ਉਹਦੇ 'ਚ ਦੇਸ਼ ਨੂੰ ਖਤਰਾ ਕਿੱਥੋਂ ਆ ਗਿਆ ਹੁਣ ਕੱਲ ਸਾਡਾ ਕਪਤਾਨ ਕੋਹਲੀ ਇਹਨਾਂ ਨੇ ਵੀ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਮਿਲਾਇਆ ਆਪਸ ਚ ਖਿਡਾਰੀ ਹੱਥ ਮਿਲਾਉਂਦੇ ਆ ਇਕੱਠੇ ਖੇਡੇ ਇੱਕ ਦੂਜੇ ਨੂੰ ਚਲੋ ਤਲਖੀ ਵੀ ਰਹਿੰਦੀ ਹੈ ਖੇਡੇ ਵੀ ਇਕੱਠੇ ਤੇ ਕੀ ਹੋ ਗਿਆ ਕੀ ਸਾਡੇ ਖਿਡਾਰੀ ਨੇ ਜਿਹੜੇ ਉਹ ਦੇਸ਼ ਵਿਰੋਧੀ ਹੋ ਗਏ ਸੋ ਇਸ ਕਰਕੇ ਇਹ ਬੇਸਿਕਲੀ ਕੀ ਹੈ ਅਸਲ ਚ ਪੋਲਿਟੀਕਲ ਪਾਰਟੀਆਂ ਨੂੰ ਖਤਰਾ ਸਿੱਧੂ ਤੋਂ ਹੈ ਵੀ ਸਿੱਧੂ ਮੁੱਖ ਮੰਤਰੀ ਨਾ ਬਣ ਜੇ ਕਿਤੇ ਵੀ ਸਿੱਧੂ ਪੰਜਾਬ ਦਾ ਭਲਾ ਨਾ ਕਰ ਦੇ ਪੰਜਾਬ ਚ ਕਿਤੇ mafias ਨਾ ਖਤਮ ਕਰ ਦੇ ਪੰਜਾਬ ਦੀ ਕਿਸਾਨੀ ਕਿਤੇ ਐਗਰੀਕਲਚਰ ਦੀ ਤਰੱਕੀ ਨਾ ਕਰਾ ਦੇ ਤਾਂ ਕਿ ਪ੍ਰਾਈਵੇਟ ਜਿਹੜੇ ਕਾਰੋਬਾਰੀ ਨੇ ਉਹਨਾਂ ਤੇ ਨਿਰਪਰਤ ਕਿਸਾਨਾਂ ਦੀ ਬਣੀ ਰਵੇ ਸਾਡੇ ਸਾਰੇ ਖਿਡਾਰੀ ਦੇਸ਼ ਭਗਤ ਨੇ ਸਿੱਧੂ ਵੀ ਦੇਸ਼ ਭਗਤ ਹੈ ਹੁਣ ਬੜਾ ਹੈ ਇਹਨਾਂ ਨੂੰ ਚਿੰਤਾ ਸੀ ਮੈਂ ਟੈਲੀਵਿਜ਼ਨਾਂ ਤੇ ਦੇਖਦਾ ਸੀ ਵੱਡੇ ਵੱਡੇ ਬੁਲਾਰੇ ਵੀ ਸਿੱਧੂ ਇਮਰਾਨ ਖਾਨ ਨੂੰ ਮਿਲਿਆ ਆ ਉਹਦੇ ਸੱਦੇ ਤੇ ਚਲਿਆ ਗਿਆ ਹੁਣ ਸਾਡੇ ਫੌਜੀ ਕਿੱਡੇ ਸ਼ਹੀਦ ਹੋ ਰਹੇ ਨੇ ਪਹਿਲਾਂ ਵੀ ਸਾਡੇ ਦੇਖੋ ਜਦੋਂ ਫੌਜੀਆ ਨੇ ਕਿੱਡਾ ਅਟੈਕ ਕੀਤਾ ਜੰਮੂ ਕਸ਼ਮੀਰ ਚ ਮੋਹਰਿਆ ਸਾਹਿਬ ਉਦੋਂ ਗੱਲ ਤੁਰੀ ਵੀ ਨਹੀਂ ਖੇਡਣਾ ਪਾਕਿਸਤਾਨ ਨਾਲ ਕ੍ਰਿਕਟ ਪਾਕਿਸਤਾਨ ਨਾਲ ਕ੍ਰਿਕਟ ਨਹੀਂ ਹੋ ਰਿਹਾ ਸੀ ਆਈਪੀਐਲ ਚ ਵੀ ਪਾਕਿਸਤਾਨ ਦੇ ਖਿਡਾਰੀ ਨਹੀਂ ਸੀ ਆਉਂਦੇ ਹੁਣ ਜਦੋਂ ਵਰਲਡ ਕੱਪ ਦੀ ਵਾਰੀ ਆ ਗਈ ਇੱਕ ਮੈਚ ਹੀ ਸੀ ਨਾ ਸਾਡੇ ਫੌਜੀਆ ਦੀ ਸ਼ਾਨ ਆਨ ਬਾਨ ਪਿੱਛੇ ਅਸੀਂ ਇੱਕ ਪਾਕਿਸਤਾਨ ਨਾਲ ਮੈਚ ਨਹੀਂ ਛੱਡ ਸਕੇ ਜੀ ਇੱਕ ਮਾੜੀ ਸਿਆਸਤ ਹੋਈ ਹੈ ਪਾਕਿਸਤਾਨ ਨਾਲ ਮੈਚ ਨਹੀਂ ਖੇਡਣਾ ਚਾਹੀਦਾ ਸੀ ਮੈਂ ਅੱਜ ਵੀ ਇਸ ਗੱਲ ਤੇ ਕਾਇਮ ਆ ਕੀ ਲੋੜ ਹੈ ਪਾਕਿਸਤਾਨ ਨਾਲ ਮੈਚ ਖੇਡਣ ਦੀ ਸਾਡੇ ਫੌਜੀ ਕਿੱਡੇ ਸ਼ਹੀਦ ਹੋ ਰਹੇ ਨੇ ਅ ਕੱਲ ਪਾਕਿਸਤਾਨ ਨਾਲ ਮੈਚ ਹੋ ਰਿਹਾ ਸੀ ਕੱਲ ਹੀ ਸਾਡੇ ਤਿੰਨ ਫੌਜੀ ਹੋਰ ਜ਼ਖਮੀ ਹੋਏ دہشت گردਾਂ ਨਾਲ ਲੜਦੇ ਹੋਏ ਜੀ ਪਿਛਲੇ ਦਿਨਾਂ ਚ ਕਿੰਨੇ ਫੌਜੀ ਸਾਡੇ ਸ਼ਹੀਦ ਹੋਏ ਚੰਨੀ ਮੋਢਾ ਦੇ ਕੇ ਸਾਡਾ ਮੁੱਖ ਮੰਤਰੀ ਆ ਪੰਜਾਬ ਚ ਜਿਹੜੇ ਸ਼ਹੀਦ ਹੋਏ ਸੀ ਪੰਜ ਫੌਜੀ ਉਹਨਾਂ ਚੋਂ ਤਿੰਨ ਸਾਡੇ ਪੰਜਾਬ ਦੇ ਸੀ ਇੱਕ ਯੂਪੀ ਦਾ ਸੀ ਸਾਡਾ ਇੱਕ ਮੁਲਕ ਦੇ ਕਿਸੇ ਹੋਰ ਹਿੱਸੇ ਦਾ ਸੀ ਮੈਨੂੰ ਨਾਂ ਨਹੀਂ ਯਾਦ ਪੰਜ ਫੌਜੀ ਆ ਕੁਝ ਦਿਨ ਪਹਿਲਾਂ ਸ਼ਹੀਦ ਹੋਏ ਜੀ ਤੇ ਹਾਲਾਤ ਕੰਟਰੋਲ ਨਹੀਂ ਹੋ ਰਹੇ ਜੇ ਸਿੱਧੂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਖਬਰ ਲੈ ਕੇ ਆਇਆ ਜਿਹੜਾ ਕੀ ਸਾਡੀ ਜਿੰਦ ਜਾਨ ਹੈ ਕਰਤਾਰਪੁਰ ਸਾਹਿਬ ਦਾ ਲਾਂਗ ਲਾਂਗਾ ਕਹਿੰਦੇ ਸਿੱਧੂ ਦੇਸ਼ਦ్రోਹੀ ਐ ਆ ਮੈਂ ਕਈ ਲੀਡਰ ਦੇਖਦਾ ਸੀ ਸਪੋਕਸਮੈਨ ਕਈ ਦੇਸ਼ ਭਗਤ ਪੱਤਰਕਾਰ ਦੇਖਦਾ ਸੀ ਕੱਲ ਮੈਂ ਕਈ ਪੱਤਰਕਾਰ ਦੇਖੇ ਉਹ ਕਿੱਡਾ ਗੁਣਗਾਨ ਕਰ ਰਹੇ ਸੀ ਪਾਕਿਸਤਾਨ ਦੇ ਖਿਡਾਰੀਆਂ ਦਾ ਦੁਬਈ 'ਚ ਬੈਠੇ ਸੀ ਕਈ ਪੱਤਰਕਾਰ ਉਹ ਪਾਕਿਸਤਾਨ ਦੇ ਖਿਡਾਰੀਆਂ ਨੂੰ ਕਹਿ ਰਹੇ ਸੀ ਕਿ ਇਹ ਸਾਡੇ ਭਰਾ ਨੇ ਤੇ ਜੇ ਸਿੱਧੂ ਉੱਧਰ ਚੱਲਿਆ ਗਿਆ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਜਾਂ ਉਹਨਾਂ ਦੇ ਸੌ ਚੱਕ ਸਮਾਗਮ ਤੇ ਤੇ ਸਨੇਹਾ ਲਿਆ ਆ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਕਹਿੰਦੇ ਸਿੱਧੂ ਦੇਸ਼ਦ్రోਹੀ ਐ ਤੇ ਆ ਹੁਣ ਪਾਕਿਸਤਾਨ ਦੇ ਨਾਲ ਮੈਚ ਚ ਕੱਲ ਸ਼ਾਮ ਨੂੰ ਜਿਨ੍ਹਾਂ ਨੇ ਤਾੜੀਆਂ ਮਾਰੀਆਂ ਨੇ ਲੀਡਰਾਂ ਨੇ ਆਮ ਲੋਕ ਨਹੀਂ ਆਮ ਲੋਕ ਤਾਂ ਸਿੱਧੂ ਦਾਬ ਨਹੀਂ ਵਿਰੋਧ ਕਰਦੇ ਆਮ ਲੋਕ ਤਾਂ ਸਿੱਧੂ ਦੀ ਗੱਲ ਨੂੰ ਸਮਝਦੇ ਆ ਆਮ ਲੋਕ ਤਾਂ ਖੁਸ਼ ਨੇ ਮੱਥਾ ਟੇਕਦੇ ਨੇ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਤੇ ਸਿੱਧੂ ਦੀ ਭੂਮਿਕਾ ਉਹ ਚ ਜਿਹੜੇ ਲੀਡਰ ਸੀ ਜਿਹੜੇ ਆਪਣੇ ਆਪ ਨੂੰ ਬਹੁਤ ਵੱਡਾ ਦੇਸ਼ ਭਗਤ ਪੱਤਰਕਾਰ ਸਮਝਦੇ ਸੀ ਵੀ ਸਿੱਧੂ ਪਾਕਿਸਤਾਨ ਚਲਿਆ ਗਿਆ ਹੁਣ ਉਹ ਪਾਕਿਸਤਾਨ ਦੇ ਖਿਡਾਰੀਆਂ ਦੀ ਇੰਟਰਵਿਊ ਕਰੀ ਜਾਂਦੇ ਸੀ ਕਈ ਉਹ ਚੈਨਲ ਜਿਹੜੇ ਰਾਸ਼ਟਰਵਾਦ ਦੇ ਮੁੱਦੇ ਤੇ ਦਿਨ ਰਾਤ ਸਿੱਧੂ ਨੂੰ ਨਿੰਦਦੇ ਨੇ ਤੇ ਪਾਕਿਸਤਾਨ ਨੂੰ ਨਿੰਦਦੇ ਨੇ ਉਹ ਰਾਸ਼ਟਰਵਾਦੀ ਚੈਨਲ ਪਾਕਿਸਤਾਨ ਦੇ ਨਾਲ ক্রিকেট ਮੈਚ ਦਾ ਗੁਣਗਾਨ ਕਰ ਰਹੀ ਸੀ ਉਹ ਕਹਿੰਦੇ ਕਿ ਮੁਲਕ 'ਚ ਤਿਉਹਾਰ ਵਰਗਾ ਮਾਹੌਲ ਹੈ ਦੱਸੋ ਸਾਡੇ ਫੌਜੀ ਸ਼ਹੀਦ ਹੋ ਰਹੇ ਨੇ ਬਾਰਡਰ ਤੇ ਚੇਤਾਵਾਂ ਉਹਨਾਂ ਦੀਆਂ ਹਜੇ ਭਖ ਰਹੀਆਂ ਨੇ ਸੋ ਇਹ ਅਸਲ 'ਚ ਕੀ ਹੈ ਇਹ ਮੌਕਾ ਪ੍ਰਸਤੀ ਹੈ ਮੋਰੇ ਸਾਹਿਬ ਇਹ ਰਾਸ਼ਟਰਵਾਦ ਨਹੀਂ ਮੌਕਾ ਪ੍ਰਸਤੀ ਹੈ ਰਾਸ਼ਟਰਵਾਦ ਸਾਨੂੰ ਸਿਖਾਉਣ ਦੀ ਲੋੜ ਹੈ ਪੰਜਾਬੀਆਂ ਨੂੰ ਜਾਂ ਸਾਡੇ ਭਾਰਤੀਆਂ ਨੂੰ ਕੱਲੇ-ਕੱਲੇ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਵਾਰੀ ਹੈ ਜੋਰ ਲਾਇਆ ਹੈ ਔਰ ਪੰਜਾਬੀ ਸਭ ਤੋਂ ਮੂਰੇ ਆਸੀਂ ਦੇਸ਼ ਭਗਤੀ 'ਚ ਅੱਜ ਦੇਸ਼ ਨੂੰ ਲੋੜ ਪੈ ਜੇ ਪਾਕਿਸਤਾਨ ਨੂੰ ਤੇ ਪੰਜਾਬੀ ਸਭ ਤੋਂ ਮੂਰੇ ਹੋਣਗੇ ਆ ਬਾਕੀਆਂ ਦੀ ਤਾਂ ਵਾਰੀ ਨਹੀਂ ਆਉਣੀ ਪਹਿਲਾਂ ਹੀ ਪੰਜਾਬੀਆਂ ਨੇ ਹਰਾ ਕੇ ਭੇਜ ਦੇਣਾ ਪਾਕਿਸਤਾਨ ਸੋ ਇਹ ਸਾਨੂੰ ਦੇਸ਼ ਭਗਤੀ ਸਿਖਾਉਣਗੇ ਇਹ ਪਾਕਿਸਤਾਨ ਦੇ ਨਾਲ ਮੈਚ ਤੇ ਤਾੜੀਆਂ ਮਾਰਨ ਯੋਗ ਹੀ ਨਹੀਂ ਮੋਰੇ ਸਾਹਿਬ ਜੀ ਇਹਨਾਂ ਦੀ ਅਸਲ ਜਿਹੜੀ ਜਿਹੜੀ ਇਹਨਾਂ ਦੀ ਅਸਲ ਨਾਰਾਜ਼ਗੀ ਹੈ ਨਾ ਉਹ ਤਾਂ ਸਿੱਧੂ ਨਾਲ ਹੈ ਵੀ ਸਿੱਧੂ ਮੁੱਖ ਮੰਤਰੀ ਨਾ ਬਣ ਜੇ ਕਿਤੇ ਇਹਨਾਂ ਦਾ ਏਜੰਡਾ ਨਾ ਫੇਲ ਹੋ ਜਾਏ ਸੋ ਮੈਂ ਕਈ ਟੈਲੀਵਿਜ਼ਨ ਚੈਨਲ ਵਾਲਿਆਂ ਨੂੰ ਦੇਖਦਾ ਕਈ ਟੈਲੀਵਿਜ਼ਨ ਚੈਨਲ ਵਾਲੇ ਨਾ ਜੀ ਕਿਸੇ ਨਾ ਕਿਸੇ ਪਾਰਟੀ ਦੀ ਮਾਰਕੀਟਿੰਗ ਕਰਨ ਚ ਲੱਗੇ ਹੋਏ ਨੇ ਇੰਜ ਲੱਗਦਾ ਵੀ ਬਸ ਸਾਡਾ ਲੀਡਰ ਨਾ ਕਿਤੇ ਪਿੱਛੇ ਰਹਿ ਜਾਵੇ ਵੀ ਅਸੀਂ ਸਿੱਧੂ ਨੂੰ ਨਿੰਦ ਲਈਏ ਉਹਨਾਂ ਦਾ ਟੈਲੀਵਿਜ਼ਨ ਹੀ ਸਿੱਧੂ ਨਿੰਦਣ ਕਰਕੇ ਚੱਲਦਾ ਸੋ ਬਾਕੀ ਸਾਰੇ ਅਸੀਂ ਦੇਸ਼ ਭਗਤਾਂ ਪੰਜਾਬੀ ਆ ਪੰਜਾਬ 'ਚ ਵੀ ਨੇ ਕਈ ਜਿਹੜੇ ਸਿੱਧੂ ਦੇ ਕਰਤਾਰਪੁਰ ਸਾਹਿਬ ਦੌਰੇ ਤੇ ਇਮਰਾਨ ਦੇ ਸਮਾਗਮ 'ਚ ਜਾਣ ਤੇ ਸਵਾਲ ਚੱਕ ਰਹੇ ਸੀ ਹੁਣ ਮੈਨੂੰ ਉਹ ਨਹੀਂ ਦਿਖੇ ਜਿਹੜੇ ਨਾਅਰੇ ਲਾਉਂਦੇ ਹੁਣ ਪੁਤਲੇ ਸਾੜਦੇ ਹੁਣ ਵੀ ਪਾਕਿਸਤਾਨ ਦੇ ਨਾਲ ਮੈਚ ਨਾ ਖੇਡੋ ਪਾਕਿਸਤਾਨ ਦੇ ਨਾਲ ਮੈਚ 'ਚ ਹੁਣ ਉਹ ਬੜੇ ਸੰਤੁਸ਼ਟ ਲੱਗੇ ਮੈਨੂੰ ਹੋ ਸਕਦਾ ਕੋਈ ਦੋ ਚਾਰਾਂ ਨੇ ਵਿਰੋਧ ਕੀਤਾ ਵੀ ਹੋਵੇ ਪਰ ਮੈਨੂੰ ਦਿਖਿਆ ਨਹੀਂ ਕਿਤੇ ਕਈ ਵਿਚਾਰੇ ਦਿਲੋਂ ਵਿਰੋਧ ਕਰਦੇ ਹੋਣਗੇ ਉਹਨਾਂ ਦੀ ਚੱਲੀ ਨਹੀਂ ਜਿਵੇਂ ਛਾੜੀ ਨਹੀਂ ਚੱਲੀ ਕਈ ਹੋਣਗੇ ਹਜ਼ਾਰਾਂ ਸੈਂਕੜੇ ਹੋਣਗੇ ਲੱਖਾਂ ਹੋਣਗੇ ਮੈਂ ਤਾਂ ਕਹਿੰਦਾ ਕਰੋੜਾ ਹੋਣਗੇ ਜਿਹੜੇ ਚਾਹੁੰਦੇ ਹੋਣਗੇ ਵੀ ਨਾ ਮੈਚ ਹੋਵੇ ਪਾਕਿਸਤਾਨ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਮੈਚ ਪਾਕਿਸਤਾਨ ਦੇ ਨਾਲ ਜੇ ਪਾਕਿਸਤਾਨ ਦੇ ਨਾਲ ਮੈਚ ਨਹੀਂ ਹੋਊਗਾ ਤੇ ਸਾਡਾ ਕੀ ਚੱਲਿਆ ਜਾਂਦਾ ਜੀ ਸਾਡੇ ਫੌਜੀ ਸ਼ਹੀਦ ਹੋ ਰਹੇ ਨੇ ਪਹਿਲਾਂ ਆਹ ਮਸਲੇ ਨਿਬੜਨ ਫਿਰ ਮੈਚ ਖੇਡ ਲਓ ਢਿੱਲਾ ਸਾਹਿਬ ਉਧਰ راگਵ ਛੱਡਾ ਆਮ ਆदमी پارٹی ਦੇ ਸੀਨੀਅਰ ਲੀਡਰ ਨੇ ਇੱਕ ਬਿਆਨ ਦਿੱਤਾ ਹੈ ਕਿ ਅਕਾਲੀ ਦਲ ਔਰ ਕਾਂਗਰਸ ਦੀ ਪੰਜਾਬ ਦੇ ਵਿੱਚ ਫ੍ਰੈਂਡਲੀ ਮੈਚ ਚੱਲ ਰਿਹਾ ਹੈ ਇਹਨਾਂ ਦੇ ਬਿਆਨਾਂ ਤੇ ਪੰਜਾਬ ਦੀ ਜਨਤਾ ਨਾ ਜਾਵੇ ਕਿਉਂਕਿ ਇਹ ਗੁੰਮਰਾਹ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਉਹਨੂੰ ਰੋਕਣ ਵਾਸਤੇ ਇਹਨਾਂ ਦੇ ਡਰਾਮੇ ਚੱਲ ਰਹੇ ਹਨ ਔਰ ਕੇਜਰੀਵਾਲ ਸਾਹਿਬ ਦਿੱਲੀ ਦਾ ਮਾਡਲ ਪੰਜਾਬ ਚ ਲਿਆਉਣ ਜਾ ਰਹੇ ਹੈ ਤੇ ਤੁਸੀਂ ਕਿਸੇ ਤਰੀਕੇ ਨਾਲ ਗੁੰਮਰਾਹ ਨਾ ਹੋਈਓ ਰਾਗਵ ਚੱਟੜ ਦਾ ਬਿਆਨ ਕਿਸ ਤਰਫ ਹੈ ਡੱਲਾ ਸਾਹਿਬ ਮੁਰਾ ਸਾਹਿਬ ਤੁਹਾਡਾ ਸਵਾਲ ਬੜਾ ਇੰਪੋਰਟੈਂਟ ਹੈ ਇਹਦੇ ਵਿੱਚ ਮੈਂ ਇਹ ਵੀ ਦੱਸਦਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜੀ ਅੱਜ ਮੀਟਿੰਗ ਛੱਡੀ ਗਈ ਹੈ 12 ਵਜੇ ਪੰਜਾਬ ਭਵਨ ਚ 올 ਪਾਰਟੀ ਮੀਟਿੰਗ ਹੈ ਬੀਐਸਐਫ ਦੇ ਮਸਲੇ ਤੇ ਇਸ ਮੀਟਿੰਗ ਚ ਗੱਲ ਹੋਣੀ ਹੈ ਮੈਂ ਤਾਂ ਕਹਿੰਦਾ ਚਰਨਜੀਤ ਚੰਨੀ ਇਹਦੇ ਚ ਵੀ ਨਾਰਾਜ਼ਗੀ ਪ੍ਰਗਟ ਕਰ ਦੇਣ ਵੀ ਪਾਕਿਸਤਾਨ ਨਾਲ ਮੈਚ ਕਿਉਂ ਖੇਡਿਆ ਸੱਦਾ ਪੱਤਰ ਲਾਇਆ ਨਵਜੋਤ ਸਿੰਘ ਸਿੱਧੂ ਨੂੰ ਵੀ ਚਿੱਠੀ ਲਿਖੀ ਹੈ ਮੁੱਖ ਮੰਤਰੀ ਨੇ ਬਤੌਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਔਰ ਬਾਕੀ ਪਾਰਟੀਆਂ ਨੂੰ ਵੀ ਸੱਦਾ ਦਿੱਤਾ ਹੈ ਸੋ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਅੱਜ ਇਸ ਮੀਟਿੰਗ ਦੇ ਵਿੱਚ ਜਾਣਗੇ ਕਿਉਂਕਿ ਹਮੇਸ਼ਾ ਦੇਸ਼ ਭਗਤੀ ਦੇ ਮਾਮਲੇ ਤੇ ਨਵਜੋਤ ਸਿੰਘ ਸਿੱਧੂ ਸਭ ਤੋਂ ਮੂਰੇ ਨੇ ਉਹਨਾਂ ਦਾ ਪਰਿਵਾਰ ਦੇਸ਼ ਦੀ ਆਜ਼ਾਦੀ ਵੇਲੇ ਸਭ ਤੋਂ ਮੂਰੇ ਖੜਿਆ ਬਾਕੀਆਂ ਦੇ ਨਾਲ ਇਹ ਨਹੀਂ ਵੀ ਇਕੱਲਾ ਉਹ ਹੀ ਖੜਿਆ ਬਾਕੀ ਵੀ ਦੇਸ਼ ਭਗਤ ਪਰਿਵਾਰਾਂ ਦੇ ਨਾਲ ਖੜਿਆ ਹੁਣ ਇੱਕ ਤਾਂ ਅੱਜ ਆਲ ਪਾਰਟੀ ਮੀਟਿੰਗ ਹੈ ਚਰਨਜੀਤ ਚੰਨੀ ਦੀ ਗਵਾਹੀ ਦੇ ਵਿੱਚ ਹੁਣ ਉਹਦੇ ਚ ਉਦੇਚ ਗੱਲ ਹੋਣੀ ਹੈ ਜਿਹੜਾ ਬੀਐਸਐਫ 50 ਕਿਲੋਮੀਟਰ ਤੇ ਆਈ ਹੈ ਹੁਣ ਬੀਐਸਐਫ 50 ਕਿਲੋਮੀਟਰ ਤੇ ਆਈ ਹੈ ਵੀ ਮੁਲਕ ਤੇ ਖਤਰਾ ਹੈ ਪਾਕਿਸਤਾਨ ਵਾਲੇ ਪਾਸਿਓ ਤੇ ਫਿਰ ਪਾਕਿਸਤਾਨ ਨਾਲ ਕ੍ਰਿਕਟ ਮੈਚ ਖੇਡਣ ਦੀ ਕੀ ਲੋੜ ਸੀ ਉਹੀ ਤਾਂ ਗੱਲ ਮੈਂ ਪਹਿਲਾਂ ਵੀ ਕਰ ਰਿਹਾ ਸੀ ਹੁਣ ਬਾਕੀ ਜਿਹੜਾ ਤੁਹਾਡਾ ਸਵਾਲ ਹੈ ਆਮ ਆਦਮੀ ਪਾਰਟੀ ਦਾ ਦੇਖੋ ਆਮ ਆਦਮੀ ਪਾਰਟੀ ਵੀ ਨਾ ਕਈ ਤਰ੍ਹਾਂ ਦੇ ਭਰਮ ਭਲੇਖਿਆਂ 'ਚ ਹੈ ਮੈਂ ਗੱਲ ਸੁਣ ਰਿਹਾ ਸੀ ਰਾਗਵ ਚੱਡਾ ਹੁੰਦਾ ਸੀ ਉਹ ਕਹਿੰਦੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਸ ਗੱਲ ਤੋਂ ਚਿੰਤਤ ਹੈ ਵੀ ਕੇਂਦਰੀ ਆਲ ਨਾ ਆਜੇ ਤੇ ਸਾਰੀਆਂ ਇਕੱਠੀਆਂ ਹੋ ਗਈਆਂ ਮਹਾਰਾਜ ਮੈਨੂੰ ਤਾਂ ਕਿਤੇ ਦਿਖ ਨਹੀਂ ਮੈਨੂੰ ਤਾਂ ਅਜੇ ਦੇਖ ਨਹੀਂ ਰਿਹਾ ਕੇਜਰੀਅਲ ਸਾਹਿਬ ਪੰਜਾਬ ਚ ਆਉਂਦਾ ਇਹ ਕਹਿੰਦੇ ਅਸੀਂ ਦਿੱਲੀ ਮਾਡਲ ਲੈ ਕੇ ਆਉਣਾ ਮੈਂ ਕਹਿੰਦਾ ਤੁਸੀਂ ਡੇਂਗੂ ਮਾਡਲ ਨਾਲ ਲੈ ਆਈਓ ਕਿਤੇ ਪੰਜਾਬ ਚ ਆਹ ਦਿੱਲੀ ਚ ਦੇਖ ਲਓ ਡੇਂਗੂ ਕਿਵੇਂ ਫੈਲਿਆ ਪਿਆ ਕੇਜਰੀਅਲ ਸਾਹਿਬ ਨੂੰ ਪੰਜਾਬ ਆਉਣ ਦੀ ਬਜਾਏ ਇਸ ਵਕਤ ਦਿੱਲੀ ਚ ਕੰਮ ਕਰਨ ਦੀ ਲੋੜ ਆ ਉੱਥੇ ਡੇਂਗੂ ਬਹੁਤ ਫੈਲਿਆ ਜੀ ਕਿੰਨੇ ਸਾਡੇ ਦੋਸਤ ਮਿੱਤਰ ਮੇਰੇ ਆਪਣੇ ਬਿਮਾਰ ਪਏ ਨੇ ਜੀ ਉੱਥੇ ਡੇਂਗੂ ਨਾਲ ਹਸਪਤਾਲਾਂ ਚ ਸੋ ਡੇਂਗੂ ਦਿੱਲੀ ਚ ਕੰਟਰੋਲ ਨਹੀਂ ਹੋਇਆ ਆ ਛੋਟਾ ਜਿਹਾ ਦਿੱਲੀ ਆ ਜੀ ਛੋਟੀ ਜਿਹੀ ਦਿੱਲੀ ਆ ਜੀ ਮਾਰਾ ਸਾਹਿਬ ਆ ਛੋਟੀ ਜਿਹੀ ਦਿੱਲੀ ਆ ਦੇਖ ਲਓ ਪੰਜਾਬ ਸੋ ਇਹ ਦਿੱਲੀ ਮਾਡਲ ਦਿੱਲੀ ਮਾਡਲ ਕਰਦੇ ਰਹਿੰਦੇ ਨੇ ਸਾਡੇ ਕਈ ਲੀਡਰ ਪਹਿਲਾਂ ਦਿੱਲੀ ਮਾਡਲ ਨੂੰ ਆਈਡੀਅਲ ਬਣਾ ਲਓ ਆਦਰਸ਼ਵਾਦੀ ਬਣਾ ਲਓ ਜੇ ਨਾ ਅੱਜ ਕੀ ਡੇਂਗੂ ਫੈਲਦਾ ਫਿਰ ਗੱਲ ਸਮਝ ਵੀ ਆਉਂਦੀ ਵੀ ਹਾਂ ਪਿਛਲੇ ਸਾਲ ਵੀ ਡੇਂਗੂ ਫੈਲਿਆ ਸੀ ਚਲੋ ਮੰਨ ਲਿਆ ਕੋਵਿਡ ਤੇ ਜਿਹੜੀਆਂ ਮੌਤਾਂ ਹੋਈਆਂ ਤੁਸੀਂ ਸਾਰੀ ਜ਼ਿੰਮੇਵਾਰੀ ਕੇਂਦਰ ਤੇ ਪਾਦੀ ਵੀ ਤੁਸੀਂ ਆਕਸੀਜਨ ਨਹੀਂ ਦਿੱਤੀ ਸਾਡੇ ਬੰਦੇ ਤਾਂ ਚੜਾਈ ਕਰ ਗਏ ਪਰ ਹਸਪਤਾਲਾਂ ਦਾ ਪ੍ਰਬੰਧ ਨਹੀਂ ਚੰਗਾ ਸੀ ਕੋਵਿਡ ਤੇ ਦਿੱਲੀ ਦੇ ਲੋਕ ਕਹਿੰਦੇ ਨੇ ਆਪ ਜਿਹਨੂੰ ਮਰਜ਼ੀ ਟੈਲੀਫੋਨ ਲਾ ਕੇ ਪੁੱਛ ਲਓ ਮਹਾਰਾਜਾ ਇਸ ਕਰਕੇ ਇਹ ਕਹਿਣਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਫਰੈਂਡਲੀ ਮੈਚ ਖੇਡ ਰਹੀਆਂ ਨੇ ਕੇਂਦਰੀ ਅਲ ਤੋਂ ਡਰ ਰਹੀਆਂ ਨੇ ਇਹ ਵਹਿਮ ਹੈ ਇਹ ਪਿਛਲੀ ਵਾਰੀ ਵੀ ਆਮ ਆਦਮੀ ਪਾਰਟੀ ਵਾਲੇ ਨੇ ਪੋਸਟਰ ਲਾਤੇ ਸੀ ਵੀ ਸਾਡੀਆਂ 100 ਸੀਟਾਂ ਆਉਣਗੀਆਂ ਹਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਆਮ ਆਦਮੀ ਪਾਰਟੀ ਵਾਲੇ ਫਿਰ ਮੈਂ ਇਹ ਸਮਝ ਲਊਂਗਾ ਵੀ ਘੱਟੋ-ਘੱਟ ਸੰਗਰੂਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਤੁਰ ਪਈ ਗੱਲ ਤੁਰੀ ਆਮ ਆਦਮੀ ਪਾਰਟੀ ਦੀ ਇੱਕ ਦੋ ਵਾਰੀ ਇੱਕ ਵਾਰੀ ਤਾਂ ਉਹਦੋਂ ਤਰੀ ਜਦੋਂ ਸਿੱਧੂ ਦੀ ਆਸ ਸੀ ਇਹਨਾਂ ਨੂੰ ਜੀ ਫਿਰ ਸਿੱਧੂ ਦੇ ਖਿਲਾਫ ਹੀ ਬਿਆਨ ਦੇਣ ਲੱਗੇ ਆਮ ਆਦਮੀ ਪਾਰਟੀ ਦੇ ਲੀਡਰ ਇਹਨਾਂ ਨੂੰ ਲੱਗਣ ਲੱਗ ਗਿਆ ਵੀ ਕਿਤੇ ਸਿੱਧੂ ਸਾਡਾ ਨੁਕਸਾਨ ਨਾ ਕਰ ਦੇ। ਹੁਣ ਜਦੋਂ ਸਾਰੇ ਮੁੱਦੇ ਸਿੱਧੂ ਲਈ ਬੈਠਾ ਇਹਨਾਂ ਕੋਲੇ ਮੁੱਦਾ ਹੀ ਕੋਈ ਨਹੀਂ। ਇਸ ਕਰਕੇ ਇਹਨਾਂ ਨੂੰ ਚਾਹੀਦਾ ਹੈ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਇਹ ਨਾ ਕਹੋ ਵੀ ਬਾਕੀ ਪਾਰਟੀਆਂ ਫਰੈਂਡਲੀ ਮੈਚ ਖੇਡ ਰਹੀਆਂ ਨੇ ਅਸਲ ਮੁੱਦਿਆਂ ਦੀ ਪਹਿਰੇਦਾਰੀ ਕਰੋ। ਕੇਜਰੀਵਾਲ ਸਾਹਿਬ ਤੋਂ ਸਭ ਤੋਂ ਪਹਿਲਾਂ ਤਾਂ ਦਿੱਲੀ ਦੇ ਮੁੱਖ ਮੰਤਰੀ ਹਨ ਵੋਟਾਂ ਮੰਗਣ ਆਉਂਦੇ ਨੇ ਪੰਜਾਬ ਦੇ ਲੋਕਾਂ ਨੇ ਕਿੰਨੀਆਂ ਵੋਟਾਂ ਦੇਤੀਆਂ ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਇਸ਼ਤਿਹਾਰ ਲਾਤੇ ਸੀ ਪੰਜਾਬ ਦੇ ਅਖਬਾਰਾਂ 'ਚ ਜੀ ਹੁਣ ਕੇਜਰੀਵਾਲ ਸਾਹਿਬ ਪੈਸਾ ਭੇਜਣ ਪੰਜਾਬ ਦੇ ਕਿਸਾਨਾਂ ਨੂੰ ਮਸ਼ੀਨਾਂ ਦਈਏ ਪਰਾਲੀ ਸਾਂਭਣ ਵਾਲੀਆਂ ਮਦਦ ਕਰਨ ਦਿੱਲੀ ਦੇ ਮੁੱਖ ਮੰਤਰੀ ਹਰਿਆਣੇ ਨੂੰ ਵੀ ਤਾਂ ਪਾਣੀ ਦਾ ਪੈਸਾ ਦੇ ਰਹੇ ਹਨ ਪੰਜਾਬ ਵਾਲੇ ਪਾਸੇ ਚੱਕ ਚੱਕ ਕੱਟਣ ਕੇਜਰੀਵਾਲ ਸਾਹਿਬ ਤਾਂ ਸਮਝ ਆਵੇ ਵੀ ਹਾਂ ਕਲੀਆਂ ਵੋਟਾਂ ਮੰਗਣ ਹੀ ਨਾ ਆਉਣ ਪੰਜਾਬ ਦੇ ਲੋਕਾਂ ਨੇ ਪਾ ਦੇਣੀਆਂ ਵੋਟਾਂ ਕੇਜਰੀਵਾਲ ਈਮਾਨਦਾਰੀ ਹੈ ਮੈਂ ਤਾਂ ਕਹਿੰਦਾ ਈਮਾਨਦਾਰਾ ਕੇਜਰੀਵਾਲ ਦੇ ਦੇਣ ਕੇਜਰੀਵਾਲ ਅਸਤੀਫਾ ਦੇ ਮੁੱਖ ਮੰਤਰੀ ਦਾ ਚਿਹਰਾ ਆਪ ਆਪਣੇ ਆਪ ਨੂੰ ਪੇਸ਼ ਕਰਨ ਦਿੱਲੀ ਦੇ ਦੇਣ ਮਨੀਸ਼ ਸੋਧੀਆਂ ਨੂੰ ਜਾਂ ਭਗਵੰਤ ਮਾਨ ਨੂੰ ਲੈ ਕੇ ਆਉਣ ਮੁੱਖ ਮੰਤਰੀ ਦਾ ਚਿਹਰਾ ਫੇਰ ਤਾਂ ਗੱਲ ਸਮਝ ਆਉਂਦੀ ਹੈ ਹੁਣ ਤਾਂ ਇਹ ਲੱਗਦਾ ਵੀ ਐਤਕੀ ਵੀ ਦਿੱਲੀ ਵਾਲੇ ਆਮ ਆਦਮੀ ਪਾਰਟੀ ਵਾਲੇ ਕੋਈ ਲੀਡਰ ਦਿੱਲੀ ਤੋਂ ਪੰਜਾਬ ਚ ਐਕਸਪੋਰਟ ਕਰਕੇ ਭੇਜਣ ਦੀ ਤਿਆਰੀ ਚ ਨੇ ਕਿਤੇ ਕੋਈ ਦਿੱਲੀੋਂ ਇਹਨਾਂ ਮੁੱਖ ਮੰਤਰੀ ਦਾ ਚਿਹਰਾ ਕੱਢ ਲਿਆ ਹੁਣ ਮੈਨੂੰ ਤਾਂ ਲੱਗਦਾ ਮੋਰੇ ਸਾਹਿਬ ਜੀ ਚਲੋ ਪਰ ਕੇਜਰੀਅਲ ਸਾਹਿਬ ਕਰਦੇ ਨਹੀਂ ਰਿਹਾ ਕਿਉਂਕਿ ਉਹਨਾਂ ਨੇ ਕਿਹਾ ਵੀ ਪੰਜਾਬ ਚ ਹੀ ਅਸੀਂ ਦਵਾਂਗੇ ਧੰਨਵਾਦ ਹੈ ਅਗਰ ਕੋਈ ਪੰਜਾਬ ਚੋਂ ਦੰਦੇ ਨੇ ਪਰ ਦੇ ਦੇਣ ਦੂਸਰਾ ਪੰਜਾਬ ਚ ਫਰੈਂਡਲੀ ਮੈਚ ਹੋ ਸਕਦਾ ਹੈ ਪਰ ਨਵਜੋਤ ਸਿੰਘ ਸਿੱਧੂ ਉਸ ਫਰੈਂਡਲੀ ਮੈਚ ਦਾ ਹਿੱਸਾ ਨਹੀਂ ਜੀ ਸਿੱਧੂ ਮੁੱਦਿਆਂ ਤੇ ਖੜਾ ਹੈ ਕਾਂਗਰਸ ਪਾਰਟੀ ਨਾਲ ਖੜਾ ਮੁੱਦਿਆਂ ਤੇ ਖੜਾ ਹੈ ਪ੍ਰਿੰਕਾ ਗਾਂਧੀ ਨਾਲ ਖੜਾ ਰਾਹੁਲ ਗਾਂਧੀ ਨਾਲ ਖੜਾ ਜਿਹੋ ਜਿਹਾ ਕੈਰੈਕਟਰ ਨਵਜੋਤ ਸਿੰਘ ਸਿੱਧੂ ਦਾ ਦਿਖਦਾ ਪਰ ਮੋਰ ਸਰ ਗੱਲ ਤੁਸੀਂ ਸਾਰਿਆਂ ਦੀ ਸੁਣਾ ਦਿਓ ਆਪਾਂ ਭੇਡ ਭਾਵ ਕਿਸਦਾ ਨਹੀਂ ਕਰਨਾ ਜੀ ਮੈਂ ਸਮਝਦਾ ਕਿ ਇਸ ਇੱਕ ਬਿਆਨ ਦੇ ਨਾਲ ਹੀ ਇਹਨਾਂ ਤਿੰਨਾਂ ਪਾਰਟੀਆਂ ਕਾਂਗਰਸ ਅਕਾਲੀ ਦਲ ਭਾਜਪਾ ਦੀ ਬਿੱਲੀ ਹੈ ਜਿਹੜੀ ਉਹ ਥੈਲੇ ਚੋਂ ਬਾਹਰ ਆ ਚੁੱਕੀ ਹੈ ਕਾਠ ਦੀ ਹਾਂਡੀ ਹੈ ਜਿਹੜੀ ਇਹ ਕਈ ਵਾਰੀ ਚੜਾ ਚੁੱਕੇ ਪਿਛਲੇ 5 ਸਾਲਾਂ ਤੋਂ ਸਾਰੇ ਪੰਜਾਬ ਨੂੰ ਗੁੰਮਰਾਹ ਕਰਦੇ ਆ ਰਹੇ ਨੇ ਵਿਧਾਨ ਸਭਾ ਦੇ ਅੰਦਰ ਵੀ ਤੇ ਬਾਹਰ ਵੀ ਇਹ ਸਾਡੇ ਬਾਰੇ ਕਈ ਵਾਰੀ ਕਹਿ ਚੁੱਕੇ ਸੀਗੇ ਕਦੇ ਆਮ ਆਦੀ ਕਾਂਗਰਸ ਵਾਲੇ ਅਕਾਲੀ ਦਲ ਦੀ ਬੀ ਟੀਮ ਦੱਸਦੇ ਸੀ ਤੇ ਅਕਾਲੀ ਦਲ ਵਾਲੇ ਕਾਂਗਰਸ ਦੀ ਬੀ ਟੀਮ ਦੱਸਦੇ ਸੀਗੇ ਪਰ ਮੈਂ ਸਮਝਦਾ ਕਿ ਹੁਣ ਇਹਨਾਂ ਦੀਆਂ ਆਪਣੀਆਂ ਮਾੜੀਆਂ ਨੀਤੀਆਂ ਨੇ ਉਹ ਸਾਹਮਣੇ ਆ ਚੁੱਕੀਆਂ ਨੇ ਸੁਖਜਿੰਦਰ ਰੰਧਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਔਰ ਨਵਜੋਤ ਸਿੰਘ ਸਿੱਧੂ ਹੁਣੀ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਔਰ ਅਕਾਲੀ ਦਲ ਨਾਲ ਮਿਲ ਕੇ ਮੈਚ ਖੇਡਦੇ ਨੇ ਤੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਰਲ ਕੇ ਮੈਚ ਖੇਡਦੇ ਨੇ ਤੇ ਦੂਜੇ ਪਾਸੇ ਸਾਰੀ ਦੁਨੀਆ ਜਾਣਦੀ ਹੈ ਕਿ ਨੌ ਮਾਸ ਦਾ ਰਿਸ਼ਤਾ ਬੀਜੇਪੀ ਦਾ ਤੇ ਅਕਾਲੀ ਦਲ ਦਾ ਰਿਹਾ ਸਾਰੀ ਉਮਰ ਸੋ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਦੇ ਝੂਠ ਦਾ ਘੜਾ ਜਿਹੜਾ ਉਹ ਭਰ ਚੁੱਕਿਆ ਇਹ ਤਿੰਨੇ ਪਾਰਟੀਆਂ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਰਲ ਮਿਲ ਕੇ ਮੈਚ ਖੇਡਦੀਆਂ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਨੂੰ ਸਿਰਫ ਬਦਨਾਮ ਕਰਦੀਆਂ ਨੇ ਇਸ ਵਾਰ ਵੀ ਇਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਕੇ ਹਰਾਉਣ ਦੀਆਂ ਮਾੜੀਆਂ ਕੁੱਝ ਚਾਲਾਂ ਚੱਲਣਗੇ ਪਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਹੁਣ ਸੱਚਾਈ ਜਾਣ ਚੁੱਕੇ ਨੇ ਤੇ ਇਹਨਾਂ ਤਿੰਨੇ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰਨਗੇ ਤੇ ਆਮ ਆਦੀ ਪਾਰਟੀ ਦੀ 2022 ਦੀ ਸਰਕਾਰ ਬਣਾਉਣ ਜਾ ਰਹੇ ਨੇ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਕਿਸੇ ਵੀ ਤਰ੍ਹਾਂ ਕੇਜਰੀਵਾਲ ਨੂੰ ਰੋਕਣਾ ਹੈ 2017 ਦੇ ਵਿੱਚ ਬੀਜੇਪੀ ਅਤੇ ਅਕਾਲੀ ਦਲ ਨੇ ਅਲਾਈਅੰਸ ਕਰਕੇ ਇਲੈਕਸ਼ਨ ਲੜਿਆ ਸੀ ਫੇਰ ਵੀ ਬੀਜੇਪੀ ਅਕਾਲੀ ਦਲ ਨੇ ਆਪਣੇ ਸਾਰੇ ਵੋਟ ਡੀਲ ਦੇ ਤਹਿਤ ਕਪਤਾਨ ਸਾਹਿਬ ਅਤੇ ਕਾਂਗਰਸ ਨੂੰ ਟਰਾਂਸਫਰ ਕਰਵਾਈ ਸੀ बीजेपी अकाली लीडर्स ने अपने ਲਈ वोट अपने नहीं मांगे ਸੀ کارਕਰ ਜਾ ਕੇ ਇਹਨਾਂ ਲੀਡਰਸ ਨੇ ਲੋਕਾਂ ਨੂੰ ਕਹਿ ਕੇ ਆਪਣੇ VOTES ਕਾਂਗਰਸ ਨੂੰ ਪਵਾਏ ਐ ਗੱਲ ਮੈਂ ਨਹੀਂ ਕਹਿ ਰਿਹਾ ਐ ਗੱਲ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਹੀ ਹੈ ਸੁਖਬੀਰ ਬਾਦਲ ਨੇ ਐਕਸੈਪਟ ਕੀਤਾ ਹੈ ਕਿ ਕੇਜਰੀਵਾਲ ਦੇ ਵਧਦੇ ਹੋਏ ਕਦ ਨੂੰ ਵੇਖ ਸਾਰੀ ਪਾਰਟੀਆਂ ਨੇ ਪਲੈਨਿੰਗ ਕੀਤੀ ਅਤੇ ਕਾਂਗਰਸ ਨੂੰ ਜਿਤਾਉਣ ਲਈ ਬੜੀ ਚਲਾਕੀ ਨਾਲ ਆਪਣੇ ਸਾਰੇ ਵੋਟਸ ਕਪਤਾਨ ਸਾਹਿਬ ਨੂੰ ਅਤੇ ਕਾਂਗਰਸ ਨੂੰ ਟਰਾਂਸਫਰ ਕਰਵਾਏ ਇਸ ਵਾਰ ਵੀ ਸੇਮ ਡੀਲ ਚੰਨੀ ਸਾਹਿਬ ਦੇ ਨਾਲ ਹੋ ਚੁੱਕੀ ਹੈ ਚੰਨੀ ਸਾਹਿਬ ਜਿਸ ਦਿਨ ਦੇ ਸੀਐਮ ਬਣੇ ਐਸਾ ਕੋਈ ਵੀ ਬੀਜੇਪੀ ਦਾ ਲੀਡਰ ਨਹੀਂ ਜਿਸ ਦੇ ਦਰ ਤੇ ਚੰਨੀ ਸਾਹਿਬ ਨੇ ਮੱਥਾ ਨਾ ਟੇਕਿਆ ਹੋਵੇ ਇਸ ਵਾਰ ਵੀ ਇਹਨਾਂ ਦਾ ਪਲਾਨ ਹੈ ਕਿਸੇ ਵੀ ਤਰ੍ਹਾਂ ਕੇਜਰੀਵਾਲ ਨੂੰ ਰੋਕਣਾ ਚੰਨੀ ਵੀ ਮੋਦੀ ਦੇ ਇਸ਼ਾਰੇ ਤੇ ਚਲਦਾ ਹੈ ਡੀਲ ਦੇ ਬਦਲੇ ਮੋਦੀ ਨੂੰ ਬੀਐਸਐਫ ਦੇ ਹੱਥੋਂ 50% ਪੰਜਾਬ ਦੀ ਪਾਵਰ ਸੌਂਪ ਦਿੱਤੀ ਅਤੇ ਚੋਣਾਂ ਦੇ ਬਾਅਦ ਕੈਪਟਨ ਮੰਗੀ ਚੰਨੀ ਸਾਫ ਦਾ ਭਾਜਪੀ ਵਿੱਚ ਸ਼ਾਮਿਲ ਹੋਣਾ ਤੈ ਚੰਨੀ ਸਾਫ ਦੀ ਮੋਦੀ ਨਾਲ ਡੀਲ ਹੋ ਚੁੱਕੀ ਹੈ ਐਨਾ ਦਾ ਬਸ ਇੱਕ ਹੀ ਮਿਸ਼ਨ ਹੈ ਕਿਦਾਂ ਕੇਜਰੀਵਾਲ ਨੂੰ ਰੋਕਿਆ ਜਾਵੇ ਇਹ ਸਾਰੀ ਪਾਰਟੀਆਂ ਮਿਲ ਕੇ ਆਮ ਆਦਮੀ ਦੇ ਖਿਲਾਫ ਲੜਦੀਆਂ ਨੇ ਪਹਿਲਾਂ ਵੀ ਲੜਦੇ ਸੀ ਇਸ ਵਾਰ ਵੀ ਲੜਾਂਗੇ ਲੇਕਿਨ ਇਸ ਵਾਰ ਐ ਸਭ ਪਾਰਟੀਆਂ ਹਾਰਨ ਗਿਆ ਤੇ ਆਮ ਆਦਮੀ ਜਿੱਤੇਗਾ ਇਨਕਲਾਬ ਜ਼ਿੰਦਾਬਾਦ ਸੋ ਤੁਸੀਂ ਸਾਰੇ ਲੀਡਰਾਂ ਦੀ ਗੱਲ ਸੁਣੀ ਖਬਰ ਪੜਤਾਲ ਵਿੱਚ ਇਨਾ ਹੀ ਕੱਲ ਸੀ ਫਿਰ ਨਵੇਂ ਮੁੱਦੇ ਨਵੀਂ ਖਬਰਾਂ ਤੇ ਗੱਲ ਕਰਾਂਗੇ ਤਦ ਤੱਕ ਸਾਨੂੰ ਜਤ ਦੇਵ ਡੱਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੋਰ ਸਭ ਤੁਹਾਡਾ ਵੀ ਔਰ ਕੋਈ ਵੀ ਪਾਰਟੀ ਕੋਈ ਵੀ ਟੀਰਾ ਆਪਣਾ ਵਿਚਾਰ ਰੱਖਣਾ ਚਾਵੇ ਆਪਣਾ ਕੋਈ ਪੱਖ ਰੱਖਣਾ ਚਾਵੇ ਤੇ ਖੁੱਲਾ ਸਵਾਗਤ ਹੈ ਤੁਸੀਂ ਵੀ ਆਪਣਾ ਪੱਖ ਰੱਖ ਸਕਦੇ ਧੰਨਵਾਦ